ਤੇ ਅਸੀਂ ਇਸ ਸੰਘਰਸ਼ ਵਿੱਚ ਸਿੱਧੇ ਸਾਦੇ ਜੇ ਗੁਰਸਿੱਖ ਪਿਆਰਿਆਂ ਦੇ ਦਰਸ਼ਨ ਦਰਾਰੇ ਕੀਤੇ। ਉਹਨਾਂ ਨੇ ਹਰ ਮੌਕੇ ਉੱਤੇ ਆਪਦੀ ਜ਼ਿੰਮੇਵਾਰੀ ਨਿਭਾਈ। ਜਦੋਂ ਵੀ ਸਿੱਖੀ ਜਾਂ ਸਿੱਖ ਜਜ਼ਬਾਤਾਂ ਦੇ ਖਿਲਾਫ ਕੋਈ ਗੱਲ ਉਭਾਰੀ ਜਾਂ ਉਭਰੀ, ਉਸ ਮੌਕੇ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਕਿ ਸਾਨੂੰ ਕੋਈ ਕੀ ਕਹਿੰਦਾ। ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਆਪਦੀ ਭੂਮਿਕਾ ਜਿਹੜੀ ਆ ਉਹ ਨਿਭਾਈ ਤੇ ਪੰਥ ਦਾ ਪੱਖ ਰੱਖੇ। ਉਸ ਮੌਕੇ ਜਿਹੜੇ ਆਪਦੇ ਆਪ ਨੂੰ ਬਾਹਲੇ ਜ਼ਿਆਦਾ ਸਿਆਣੇ ਪੜ੍ਹੇ ਲਿਖੇ ਵੀ ਅੰਗਰੇਜ਼ੀ ਜਾਣਦੇ ਆ ਜੀ, ਸਾਨੂੰ ਤਾਂ ਜੀ ਦੁਨੀਆਂ ਦੇਖੀ ਆ ਤੁਹਾਨੂੰ ਪਤਾ ਹੀ ਨਹੀਂ, ਉਹਨਾਂ ਨੇ ਕਹਿਣਾ ਬਈ ਤੁਸੀਂ ਧਾਰਮਿਕ ਰੰਗਤ ਦਿੰਦੇ ਹੋ ਤੇ ਇਹ ਜਿਹੜੀ ਗੱਲ ਆ ਵੀ ਤੁਸੀਂ ਇਸ ਤਰੀਕੇ ਨਾਲ ਸੰਘਰਸ਼ ਨੂੰ ਸੱਟ ਮਾਰ ਰਹੇ ਹੋ, ਸੰਘਰਸ਼ ਕਮਜ਼ੋਰ ਹੋ ਰਿਹਾ। ਹੁਣ ਇਹ ਉਹ ਗੱਲ ਸੀਗੀ ਜਿਹੜੀ ਕਾਮਰੇਡ ਭਾਈਚਾਰੇ ਨੇ ਜਾਂ ਪੰਥਕ ਪੰਥ ਦੇ ਵਿਰੋਧੀ ਲੋਕਾਂ ਨੇ ਪ੍ਰਚਾਰੀ ਹੋਈ ਸੀ। ਕਾਫਲਿਆਂ ਦੇ ਕਾਫਲੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਹਰ ਉਸ ਬਿਪਤਾ ਨਾਲ ਔਕੜ ਨਾਲ ਜਿਹੜੀ ਰਸਤੇ ਦੇ ਵਿੱਚ ਗੜਬੜ ਕੀਤੀ ਹੋਈ ਸੀ ਰਸਤਾ ਰੋਕਣ ਲਈ, ਉਹਨੂੰ ਪਾਰ ਕਰਦੇ ਹੋਏ ਅੱਗੇ ਵੱਧ ਰਹੇ ਸੀ। ਉਦੋਂ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਤੇ ਉਹਦੀ ਧਿਰ ਅੜੀ ਬੈਠੀ ਸੀ ਕਿ ਅਸੀਂ ਤਾਂ ਕਿਤੇ ਨਹੀਂ ਜਾਣਾ। ਉਹ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾਂ ਇਹ ਗੱਲ ਮੰਨੀ ਬੈਠਾ ਸੀ, ਉਹਦੀ ਧਿਰ ਵੀ ਇਸ ਗੱਲ ਤੇ ਪੂਰੀ ਸੀ ਕਿ ਆਪਾਂ ਬਾਕੀ ਚਾਹੇ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਦਿੱਲੀ ਨੂੰ ਚਲੇ ਜਾਣ ਹਰਿਆਣੇ ਵਿੱਚ ਵੀ, ਕਿਉਂਕਿ ਹਰਿਆਣੇ ਦੇ ਲੋਕਾਂ ਨੇ ਵੀ ਉਸ ਦਿਨ ਬੜਾ ਸਾਥ ਦਿੱਤਾ ਸੀ, ਪਰ ਆਪਾਂ ਬਾਰਡਰ ਤੇ ਖਰੌਰੀ ਤੇ ਬੈਠੇ ਰਹਿਣ, ਇੱਥੇ ਟੈਕੇ ਬਹਿ ਜਾਓ ਤੇ ਪੱਤਾ ਨਹੀਂ ਹਿਲਣਾ ਚਾਹੀਦਾ, ਆਪਾਂ ਇਸ ਤੋਂ ਅੱਗੇ ਨਹੀਂ ਵਧਣ। ਤੇ ਜਿਹੜੇ ਨਾਕੇ ਤੋੜ ਕੇ ਅੱਗੇ ਜਾ ਰਹੇ ਨੇ ਮੋਦੀ ਦੇ ਬੰਦੇ ਆ, ਇਹ ਤਾਂ ਬੀਜੇਪੀ ਦੇ ਬੰਦੇ ਆ, ਆਰਐਸਐਸ ਦੇ ਬੰਦੇ। ਵੀ ਜਿਹੜਾ ਟਰੈਕਟਰ ਸਭ ਤੋਂ ਮੂਹਰੇ ਲੱਗਿਆ ਹੋਇਆ ਸੀ ਉੱਥੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ, ਸਟਿੱਕਰ ਲੱਗੇ ਹੋਏ ਸੀ ਤੇ ਸਾਰੇ ਜਿਹੜੇ ਟਰੈਕਟਰ ਸੀ ਉਹਦੇ ਉੱਤੇ ਖਾਲਸਾ ਹੀ ਝੰਡੇ ਝੂਲਦੇ ਸੀ। ਇਹ ਜਿਹੜੀ ਗੱਲ ਸੀ ਇਹ ਹੋਰ ਵੀ ਜ਼ਿਆਦਾ ਉਗਰਾਹਾਂ ਲਈ ਔਖੀ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਾ ਇੱਕ ਸਾਲ ਚੱਲੇ ਕਿਸਾਨ ਸੰਘਰਸ਼ ਦਾ ਅੱਜ ਇੱਕ ਬੜਾ ਖੂਬਸੂਰਤ ਮੋੜ ਹੈ, ਜਦੋਂ ਕਿਸਾਨ ਸੰਘਰਸ਼ ਦੇ ਨਾਲ ਸੰਬੰਧਿਤ ਸਾਰੀਆਂ ਜਿਹੜੀਆਂ ਮੋਹਰੀ ਸ਼ਖਸੀਅਤਾਂ ਸੀ ਜਾਂ ਚਰਚਿਤ ਸ਼ਖਸੀਅਤਾਂ ਸੀ ਇੱਕ ਬੜੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਪਹੁੰਚੇ ਤੇ ਇੱਥੇ ਸਾਰਿਆਂ ਨੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਦਰਸ਼ਨ ਦਿਦਾਰੇ ਕੀਤੇ ਤੇ ਉਪਰੰਤ ਇੱਥੇ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਮਾਗਮ ਕਰਕੇ ਇਹਨਾਂ ਆਗੂਆਂ ਨੂੰ ਸਰੂਪਾ ਉਹ ਜਿਹੜੇ ਨੇ ਉਹ ਬਖਸ਼ਿਸ਼ ਕੀਤੇ ਗਏ। ਬਲਵੀਰ ਸਿੰਘ ਰਾਜੇਵਾਲ ਸਮੇਤ ਤਕਰੀਬਨ ਸਾਰੀਆਂ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਜਾਂ ਧਿਰਾਂ ਜਾਂ ਆਗੂ ਪਹੁੰਚੇ ਹੋਏ ਸੀ ਤੇ ਇਹਨਾਂ ਸਾਰਿਆਂ ਨੂੰ ਜਦੋਂ ਮਾਣ ਸਨਮਾਨ ਦਿੱਤਾ ਜਾ ਰਿਹਾ ਸੀ ਤਾਂ ਉਸ ਮੌਕੇ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਹਾਹ ਖੁਸ਼ੀ ਮੱਲੋ ਮੱਲੀ ਹੋਣੀ ਸੁਭਾਵਿਕ ਸੀਗੀ ਕਿ ਜਿੱਥੇ ਬਹੁਤ ਸਾਰੀਆਂ ਤਾਕਤਾਂ ਇਸ ਗੱਲ ਵਿੱਚ ਲੱਗੀਆਂ ਰਹੀਆਂ ਨੇ ਕਿ ਇਹ ਸੰਘਰਸ਼ ਜਿਹੜਾ ਹੈ ਸਿੱਖਾਂ ਦਾ ਜਾਂ ਸਿੱਖੀ ਦੇ ਨਜ਼ਰੀਏ ਤੋਂ ਕਈ ਲੋਕਾਂ ਨੂੰ ਤਕਲੀਫ ਸੀ ਤੇ ਉਹ ਸਾਰਿਆਂ ਦੀ ਹਾਰ ਹੋਈ ਤੇ ਸਾਰਿਆਂ ਨੂੰ ਅੱਜ ਇਹ ਦਿਖ ਪਿਆ ਕਿ ਇਸ ਸੰਘਰਸ਼ ਦੀ ਜਿਹੜੀ ਮੁੱਖ ਤਾਕਤ ਆ ਉਹ ਸਿੱਖ ਕੌਮ ਆ ਤੇ ਇਹਦਾ ਜਿਹੜਾ ਸਾਰਾ ਪੜਾਅ ਜਿਹੜਾ ਲੰਘਿਆ ਥਾਂ ਥਾਂ ਦੇ ਉੱਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਤੇ ਅੰਤ ਜਿਹੜਾ ਹੈਗਾ ਜਦੋਂ ਦਰਬਾਰ ਸਾਹਿਬ ਜਾ ਕੇ ਹੋਇਆ ਇਹਦਾ ਤਾਂ ਮਸਲਾ ਜਿਹੜਾ ਹੈਗਾ ਉਹ ਸਿੱਧਾ ਜਿਹਾ ਹੋ ਗਿਆ। ਸੋ ਇਹ ਜਿਹੜੀ ਅੱਜ ਦਰਬਾਰ ਸਾਹਿਬ ਆ ਕੇ ਦੀ ਸਮਾਪਤੀ ਹੋਈ ਆ ਇਹਦੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਇਹ ਬੜੀ ਵੱਡੀ ਗੱਲ ਹੈ। ਦੂਜੇ ਪਾਸੇ ਨਾਲ ਦੀ ਨਾਲ ਉਹਨਾਂ ਤਾਕਤਾਂ ਦੀ ਚਰਚਾ ਕਰਨੀ ਬੜੀ ਜ਼ਰੂਰੀ ਹੈ ਜਿਨ੍ਹਾਂ ਨੇ ਸਾਨੂੰ ਰੱਜ ਕੇ ਸੰਤਾਪ ਦਿੱਤਾ, ਬਦਨਾਮ ਕੀਤਾ। ਬੇਸ਼ੱਕ ਅੱਜ ਜਦੋਂ ਦਰਬਾਰ ਸਾਹਿਬ ਆ ਕੇ ਇਸ ਸੰਘਰਸ਼ ਦਾ ਅੰਤ ਹੁੰਦਾ ਹੈ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਇਹ ਗੱਲ ਸਮਝ ਲੱਗ ਚੁੱਕੀ ਹੋਣੀ ਹੈ ਕਿ ਸਾਡੇ ਸਾਰੇ ਜਿਹੜੇ ਸਿੱਖਾਂ ਨੂੰ ਸਿੱਖੀ ਨੂੰ ਬਦਨਾਮ ਕਰਨ ਦੇ ਯਤਨ ਸੀਗੇ ਉਹ ਅਸਫਲ ਸਾਬਤ ਹੋਏ ਨੇ। ਸੋ ਜਿੱਥੇ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਉਹਨਾਂ ਲੀਡਰਾਂ ਤੇ ਉਹਨਾਂ ਆਗੂਆਂ ਤੇ ਗਿਲੇ ਨੇ, ਬਹੁਤ ਭਾਰੀ ਇਤਰਾਜ਼ ਨੇ ਕਿ ਇਹਨਾਂ ਨੇ ਸੰਘਰਸ਼ ਦੌਰਾਨ ਆਹ ਗੱਲਾਂ ਕਿਉਂ ਕੀਤੀਆਂ। ਉੱਥੇ ਜਦੋਂ ਇਹ ਆਗੂ ਦਰਬਾਰ ਸਾਹਿਬ ਪਹੁੰਚੇ ਉਦੋਂ ਜਦੋਂ ਇਹਨਾਂ ਨੂੰ ਸਰੋਪਾ ਬਖਸ਼ਿਸ਼ ਕੀਤੇ ਗਏ ਤਾਂ ਸਾਡੇ ਜਿਹੜੇ ਕੌਮ ਦੇ ਪਹਿਰੇਦਾਰ ਨੇ ਜਿਹੜੇ
ਹਰ ਇੱਕ ਘਟਨਾ ਉੱਤੇ ਬੜੀ ਬਾਜ ਵਾਲੀ ਅੱਖ ਰੱਖਦੇ ਆ। ਉਹਨਾਂ ਦੀ ਨਜ਼ਰ ਪੂਰੀ ਤਰ੍ਹਾਂ ਲੱਗੀ ਹੋਈ ਸੀ ਤੇ ਉਹਨਾਂ ਨੇ ਇਸ ਮੌਕੇ ਵਾਰ ਵਾਰ ਉਹਨਾਂ ਸਾਰੀਆਂ ਗੱਲਾਂ ਨੂੰ ਉਭਾਰਿਆ, ਚੇਤੇ ਕਰਾਇਆ ਕਿ ਇਹਨਾਂ ਲੋਕਾਂ ਨੇ ਜਿਹਨਾਂ ਨੂੰ ਅੱਜ ਸਰੂਪਾ ਉਹ ਬਖਸ਼ਿਸ਼ ਹੋਣੇ ਆ, ਇਹਨਾਂ ਨੇ ਬੜਾ ਕੁਛ ਸਹੀ ਕੀਤਾ ਹੋਣਾ, ਪਰ ਇਹਨਾਂ ਨੇ ਆਹ ਗੱਲਾਂ ਵੀ ਕੀਤੀਆਂ ਸੀ ਤੇ ਉਹਨਾਂ ਗੱਲਾਂ ਦੀ ਅੱਜ ਸਾਰਾ ਦਿਨ ਚਰਚਾ ਜਿਹੜੀ ਆ ਉਹ ਥਾਂ ਥਾਂ ਤੇ ਹੁੰਦੀ ਰਹੀ, ਮੀਡੀਆ ਵਿੱਚ ਵੀ ਹੋਈ, ਸੋਸ਼ਲ ਮੀਡੀਆ ਤੇ ਵੀ ਹੋਈ। ਤੇ ਸਾਨੂੰ ਇਸ ਗੱਲ ਦੇ ਉੱਤੇ ਇੱਕ ਹੈਲਦੀ ਡਿਸਕਸ਼ਨ ਵਾਂਗੂ ਜੇ ਲਈਏ ਆਪਾਂ, ਜੇ ਆਪਾਂ ਇਹਨੂੰ ਹਾਂ ਪੱਖੀ ਨਜ਼ਰੀਏ ਤੋਂ ਲਈਏ ਤਾਂ ਬੜੀ ਚੰਗੀ ਗੱਲ ਹੈ ਕਿ ਜਿਹੜੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਰਹਿੰਦਾ ਕਿ ਅਸੀਂ ਬੜੇ ਚਾਤਰ ਹਾਂ, ਬੜੇ ਸਿਆਣੇ ਹਾਂ, ਅਸੀਂ ਖਨੀ ਆਪਦੀ ਗੱਲ ਕਹਿ ਕੇ ਬਚ ਜਾਵਾਂਗੇ, ਲੁਕ ਜਾਵਾਂਗੇ ਤੇ ਕੋਈ ਗੱਲ ਜਿਹੜੀ ਆ ਸਾਡੀ ਉਹ ਕਿਸੇ ਦੇ ਸਮਝ ਹੀ ਨਹੀਂ ਆਉਣੀ। ਇਹੋ ਜਿਹੀ ਕੋਈ ਗੱਲ ਨਹੀਂ, ਕੌਮ ਦੇ ਵਿੱਚ ਇਸ ਤਰੀਕੇ ਦੇ ਜਾਗਰਤ ਪਹਿਲਾਂ ਲੋਕ ਲੰਘਾ ਦਿੰਦੇ ਹੋਣਗੇ, ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਤੋਂ ਬਾਅਦ, ਗੜਬੜਾ ਕਰਨ ਤੋਂ ਬਾਅਦ, ਪਰ ਅੱਜ ਉਹ ਜ਼ਮਾਨਾ ਨਹੀਂ ਹੈਗਾ। ਅੱਜ ਦੇ ਸਮੇਂ ਦੇ ਵਿੱਚ ਲੋਕ ਚੇਤੇ ਰੱਖਦੇ ਆ ਕਿ ਬਲਵੀਰ ਸਿੰਘ ਰਾਜੇ ਆ ਉਹੀ ਆ ਜਿਹਨੇ ਇੱਕ ਦਿਨ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਕਿਹਾ ਸੀਗਾ ਵੀ ਇੱਥੋਂ ਨਿਸ਼ਾਨ ਸਾਹਿਬ ਪਾਸੇ ਲੈ ਜਾਓ, ਇੱਥੋਂ ਨਿੰਗੋ ਚਲੇ ਜਾਓ, ਇੱਥੇ ਤੁਸੀਂ ਘੋੜੇ ਲੈ ਕੇ ਆ ਗਏ, ਸਾਨੂੰ ਤੁਹਾਡੀ ਲੋੜ ਨਹੀਂ। ਏਦਾਂ ਹੀ ਹੋਰ ਬਹੁਤ ਸਾਰੇ ਆਗੂਆਂ ਨੇ ਅੱਡ ਅੱਡ ਮੌਕਿਆਂ ਤੇ ਕੋਈ ਨਾ ਕੋਈ ਇਹੋ ਜਿਹੀ ਹਰਕਤ ਕੀਤੀ, ਕੋਈ ਨਾ ਕੋਈ ਇਹੋ ਜਿਹੀ ਗਲਤੀ ਕੀਤੀ ਜਿਹਦੇ ਨਾਲ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚੀ। ਚੰਗੀ ਗੱਲ ਇਹ ਆ ਕਿ ਅੱਜ ਉਹਨਾਂ ਨੇ ਜਦੋਂ ਦਰਬਾਰ ਸਾਹਿਬ ਆਏ ਹੋਣੇ ਆ ਤਾਂ ਆਪਦੀਆਂ ਭੁੱਲਾਂ ਦੀ ਮਾਫ਼ੀ ਵੀ ਮੰਗੀ ਹੋਣੀ ਹੈ ਤੇ ਅੱਜ ਉਹਨਾਂ ਨੇ ਇਹ ਗੱਲ ਜਦੋਂ ਦਰਬਾਰ ਸਾਹਿਬ ਆ ਕੇ ਸੀਸ ਝੁਕਾਇਆ ਤਾਂ ਇੱਕ ਤਰੀਕੇ ਨਾਲ ਸਮੁੱਚੇ ਸਿੱਖ ਜਗਤ ਦੇ ਸਾਹਮਣੇ ਆਪਣੀਆਂ ਭੁੱਲਾਂ ਗਲਤੀਆਂ ਜਿਹੜੀਆਂ ਨੇ ਉਹਨਾਂ ਨੂੰ ਤਸਲੀਮ ਕੀਤਾ, ਇਕਬਾਲ ਕੀਤਾ ਕਿ ਸਾਤੋਂ ਵਾਕਈ ਗਲਤੀਆਂ ਹੋਈਆਂ। ਤੇ ਸਭ ਤੋਂ ਜਿਹੜੀ ਮੁੱਖ ਗੱਲ ਇਸ ਸਾਰੇ ਸੰਘਰਸ਼ ਵਿੱਚ ਚੁਭਦੀ ਰਹੀ ਉਹ ਇਹ ਸੀ ਕਿ ਬਹੁਤ ਸਾਰੇ ਐਂਟੀ ਪੰਥਕ ਲੋਕਾਂ ਨੇ ਇੱਕ ਨੈਰੇਟਿਵ ਸਿਰਜਣਾ ਚਾਹਿਆ ਕਿ ਇਸ ਸਾਰੇ ਸੰਘਰਸ਼ ਨੂੰ ਆਪਾਂ ਜਿਹੜਾ ਹੈਗਾ ਸਿੱਖਿਆ ਤੋਂ ਜਾਂ ਸਿੱਖੀ ਤੋਂ ਰਹਿਤ ਕਰਨਾ। ਹਾਲਾਂਕਿ ਉਹੀ ਬੰਦੇ ਜਿਹੜੇ ਸੀ ਉਹ ਕਾਮਰੇਡੀ ਜਿਹੜੀ ਸੁਰ ਸੀਗੀ ਉਹਨੂੰ ਉੱਥੇ ਚੌਧਰ ਉਹਦੀ ਬਣਾਉਣ ਦੇ ਲਈ ਸਰਗਰਮ ਸੀ। ਜਦੋਂ ਉਹ ਇਹ ਗੱਲ ਕਹਿ ਰਹੇ ਹੁੰਦੇ ਸੀਗੇ ਵੀ ਹਾਏ ਧਾਰਮਿਕ ਰੰਗਤ ਨਾ ਦਿਓ, ਹਾਏ ਇਸ ਸੰਘਰਸ਼ ਨੂੰ ਧਾਰਮਿਕ ਰੰਗਤ ਨਾ ਦਿਓ, ਤਾਂ ਉਹਦਾ ਅਰਥ ਸਿੱਧਾ ਇਹ ਹੁੰਦਾ ਸੀ ਵੀ ਅਸੀਂ ਕਾਮਰੇਡੀ ਵਾਲੀ ਜਿਹੜੀ ਧੈਰਵਾ ਕਾਮਰੇਡੀ ਸੋਚ ਉਹਨੂੰ ਪੂਰਾ ਪੂਰਾ ਮੌਕਾ ਦੇਵਾਂਗੇ, ਪਰ ਜਿਹੜਾ ਬੰਦਾ ਸਿੱਖੀ ਦੀ ਜਾਂ ਸਿੱਖਾਂ ਦੀ ਗੱਲ ਕਰੂਗਾ ਉਹਨੂੰ ਨਹੀਂ। ਹੁਣ ਉੱਥੇ 99% ਜਿਹੜਾ ਸੀਗਾ ਸਾਰਾ ਕਾਰੋਬਾਰ ਸਾਰੀ ਗੱਲ ਪੱਗਾਂ ਦਾੜੇ ਵਾਲੇ ਸਿੱਖ ਸਰਦਾਰਾਂ ਦੀ ਸੀ, ਗੁਰੂ ਕੇ ਲੰਗਰ ਲੱਗਣ ਜਾਂ ਹੋਰ ਸੁੱਖ ਸਹੂਲਤਾਂ ਜਿਹੜੀਆਂ ਉੱਥੇ ਲੜੀਦੀਆਂ ਸੀ। ਜਦੋਂ ਕੋਈ ਫੌਜ ਲੜਦੀ ਆ ਉਹਨੂੰ ਬਹੁਤ ਸਾਰੇ ਹੋਰ ਸਾਧਨਾਂ ਦੀ ਲੋੜ ਪੈਂਦੀ ਆ, ਸਰੋਕਾਰ ਹੁੰਦੇ ਆ, ਉਹ ਸਾਰੀਆਂ ਗੱਲਾਂ ਕਰਨ ਕਰਾਉਣ 'ਚ ਤਾਂ ਸਿੱਖ ਜਗਤ ਦੂਰ ਦੁਰਾਡੇ ਬੈਠੇ ਹੋਏ ਸਾਰੇ ਲੋਕ ਲੱਗੇ ਹੋਏ, ਪਰ ਜਦੋਂ ਗੱਲ ਇਹ ਆਇਆ ਕਰੇ ਵੀ ਉਦੋਂ ਕਿਹਾ ਕਰਨ ਕਿ ਨਹੀਂ ਜੀ ਇਹਨੂੰ ਧਾਰਮਿਕ ਰੰਗਤ ਨਾ ਦਿਓ। ਹੈਰਾਨੀ ਦੀ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਸਾਡੀ ਕੌਮ ਦੇ ਵਿੱਚ ਉਹ ਆਪਦੇ ਆਪ ਨੂੰ ਬੜੇ ਸਿਆਣੇ ਤੇ ਬੜੇ ਵਿਦਵਾਨ ਤੇ ਬੜੇ ਪੜ੍ਹੇ ਲਿਖੇ ਸਮਝਦੇ ਆ ਵੀ ਅਸੀਂ ਤਾਂ ਜੀ ਦੁਨੀਆ ਘੁੰਮ ਲਈ, ਪਰ ਇਸ ਗੱਲ ਵਿੱਚ ਅਸੀਂ ਇਹ ਗੱਲ ਬੇਬਾਕੀ ਨਾਲ ਕਹਿਣਾ ਚਾਹੁੰਦੇ ਹਾਂ, ਮੈਂ ਤਾਂ ਇਸ ਗੱਲ ਤੇ ਬੜਾ ਕਾਇਲ ਹੋਇਆ ਕਿ ਇਹ ਅੰਗਰੇਜ਼ੀ ਜੇ ਆ ਗਈ ਆ ਸਾਨੂੰ, ਜਾਂ ਅਸੀਂ ਕੈਨੇਡਾ ਅਮਰੀਕਾ ਚਲੇ ਗਏ ਹਾਂ, ਜਾਂ ਅਸੀਂ ਗੱਡੀ ਵੱਡੀ ਆ ਸਾਡੇ ਕੋਲ ਜਾਂ ਕੋਠੀ ਵੱਡੀ ਆ, ਇਹਦੇ ਨਾਲ ਇਹ ਨਹੀਂ ਹੈਗਾ ਕਿ ਤੁਹਾਡੀ ਸਿੱਖੀ ਵੀ ਬਾਕੀਆਂ ਨਾਲੋਂ ਵੱਡੀ ਆ ਜਾਂ ਬਾਕੀਆਂ ਦੀ ਸਿੱਖੀ ਛੋਟੀ ਆ। ਉਹ ਸਿੱਖ ਜਿਹੜੇ ਇੰਨੇ ਜਜ਼ਬਾਤੀ ਨੇ ਕਿ ਆਪਦੇ ਧਰਮ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਕੇ ਸਹਾਰ ਸਕਦੇ, ਉਹ ਸਿੱਖ ਜਿਹੜੇ ਹੋ ਸਕਦਾ ਉਹਨਾਂ ਨੂੰ ਅੰਗਰੇਜ਼ੀ ਨਾ ਆਉਂਦੀ ਹੋਵੇ, ਹੋ ਸਕਦਾ ਉਹਨਾਂ ਟਰੈਕਟਰ ਵੀ ਟੁੱਟਿਆ ਭੱਜਿਆ ਜਿਹਾ ਹੋਵੇ, ਹੋ ਸਕਦਾ ਉਹਨਾਂ ਕੋਲੇ ਕੋਠੀ ਵੱਡੀ ਨਾ ਹੋਵੇ, ਹੋ ਸਕਦਾ ਉਹਨਾਂ ਨੇ ਖਾਨਦਾਨ ਦੇ ਵਿੱਚ ਕਦੇ ਅਮਰੀਕਾ ਨਕਸ਼ੇ 'ਚ ਉਹਨਾਂ ਦੇਖਿਆ ਹੋਵੇ, ਕੈਨੇਡਾ ਨਾ ਦੇਖਿਆ ਹੋਵੇ, ਪਰ ਉਹਨਾਂ ਨੂੰ ਇਹ ਮੰਨਣਾ ਕਿ ਇਹਨਾਂ ਨੂੰ ਤਾਂ ਅਕਲ ਹੀ ਨਹੀਂ ਤੇ ਸਾਨੂੰ ਸਭ ਤੋਂ ਜ਼ਿਆਦਾ ਅਕਲ ਆ, ਅਸੀਂ ਧਰਤੀ ਦੇ ਸਭ ਤੋਂ ਸਿਆਣੇ ਬੰਦੇ ਅਸੀਂ, ਇਹ ਚੀਜ਼ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਅਸੀਂ ਇਸ ਸੰਘਰਸ਼ ਵਿੱਚ ਸਿੱਧੇ ਸਾਦੇ ਜੇ ਗੁਰਸਿੱਖ ਪਿਆਰਿਆਂ ਦੇ ਦਰਸ਼ਨ ਦਦਾਰੇ ਕੀਤੇ, ਉਹਨਾਂ ਨੇ ਹਰ ਮੌਕੇ ਉੱਤੇ ਆਪਦੀ ਜ਼ਿੰਮੇਵਾਰੀ ਨਿਭਾਈ, ਜਦੋਂ ਵੀ ਸਿੱਖੀ ਜਾਂ ਸਿੱਖ ਜਜ਼ਬਾਤਾਂ ਦੇ ਖਿਲਾਫ਼ ਕੋਈ ਗੱਲ ਉਭਾਰੀ ਜਾਂ ਉਭਰੀ ਉਸ ਮੌਕੇ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਕਿ ਸਾਨੂੰ ਕੋਈ ਕੀ ਕਹਿੰਦਾ, ਉਹਨਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਆਪਦੀ ਭੂਮਿਕਾ ਜਿਹੜੀ ਆ ਉਹ ਨਿਭਾਈ ਤੇ ਪੰਥ ਦਾ ਪੱਖ ਰੱਖਿਆ, ਪੰਥਕ ਹਿੱਤਾਂ ਦੀ ਪਹਿਰੇਦਾਰੀ ਕੀਤੀ।
ਉਸ ਮੌਕੇ ਜਿਹੜੇ ਆਪਦੇ ਆਪ ਨੂੰ ਬਾਹਲੇ ਜ਼ਿਆਦਾ ਸਿਆਣੇ ਪੜ੍ਹੇ ਲਿਖੇ ਵੀ ਅਸੀਂ ਅੰਗਰੇਜ਼ੀ ਜਾਣਦੇ ਹਾਂ ਜੀ, ਸਾਨੂੰ ਤਾਂ ਜੀ ਦੁਨੀਆਂ ਦੇਖੀ ਆ, ਤੁਹਾਨੂੰ ਪਤਾ ਹੀ ਨਹੀਂ, ਉਹਨਾਂ ਨੇ ਕਹਿਣਾ ਵੀ ਤੁਸੀਂ ਧਾਰਮਿਕ ਰੰਗਤ ਦਿੰਦੇ ਹੋ ਤੇ ਇਹ ਜਿਹੜੀ ਗੱਲ ਆ ਵੀ ਤੁਸੀਂ ਇਸ ਤਰੀਕੇ ਨਾਲ ਸੰਘਰਸ਼ ਨੂੰ ਸੱਟ ਮਾਰ ਰਹੇ ਹੋ, ਸੰਘਰਸ਼ ਕਮਜ਼ੋਰ ਹੋ ਰਿਹਾ। ਹੁਣ ਇਹ ਉਹ ਗੱਲ ਸੀਗੀ ਜਿਹੜੀ ਕਾਮਰੇਡ ਭਾਈਚਾਰੇ ਨੇ ਜਾਂ ਪੰਥ ਦੇ ਵਿਰੋਧੀ ਲੋਕਾਂ ਨੇ ਪ੍ਰਚਾਰੀ ਹੋਈ ਸੀ। ਮਤਲਬ ਗੱਲ ਤਾਂ ਇਹ ਹੋ ਗਈ ਵੀ ਜੇਕਰ ਤਾਂ ਐਂਟੀ ਸਿੱਖ ਨੈਰੇਟਿਵ ਜਿਹੜਾ ਹੈ ਉਹਨੂੰ ਖੁੱਲ ਕੇ ਖੇਡਣ ਦਾ ਮੌਕਾ ਦਿੱਤਾ ਜਾਵੇ ਕਿਸਾਨ ਸੰਘਰਸ਼ ਦੌਰਾਨ, ਫਿਰ ਤਾਂ ਸੰਘਰਸ਼ ਮਜ਼ਬੂਤ ਹੁੰਦਾ। ਤੇ ਜੇਕਰ ਐਂਟੀ ਸਿੱਖ ਨੈਰੇਟਿਵ ਨੂੰ ਅਸੀਂ ਚੈਲੰਜ ਕਰੀਏ, ਚੁਣੌਤੀ ਦੇਈਏ, ਫਿਰ ਕਹਿੰਦੇ ਆ ਜੀ ਸੰਘਰਸ਼ ਕਮਜ਼ੋਰ ਹੋ। ਇਹ ਜਿਹੜਾ ਫਾਰਮੂਲਾ ਇਹ ਬਹੁਤਿਆਂ ਲੋਕਾਂ ਨੇ ਇਸ ਸਾਰੇ ਸੰਘਰਸ਼ ਦੌਰਾਨ ਰੱਖਿਆ, ਉਹਦੇ ਖਿਲਾਫ ਡਟਣ ਵਾਲੇ ਲੋਕ ਚਾਹੇ ਉਹ ਬਹੁਤੇ ਜ਼ਿਆਦਾ ਪੜ੍ਹੇ ਲਿਖੇ ਨਾ ਹੋਣ, ਫੜਨ ਅੰਗਰੇਜ਼ੀ ਨਾ ਜਾਣਦੇ ਹੋਣ, ਹੋਰ ਉਹਨਾਂ 'ਚ ਘਾਟਾਂ ਹੋਣ, ਪਰ ਉਹਨਾਂ ਦੇ ਸਿੱਖੀ ਸਿਦਕ ਨੂੰ ਸਲਾਮ ਆ ਕੇ ਉਹਨਾਂ ਨੇ ਪਰਵਾਹ ਨਹੀਂ ਕੀਤੀ। ਬੜੇ ਲੋਕਾਂ ਨੇ ਇਸ ਸਮੇਂ ਦੌਰਾਨ ਫੋਨ ਕਰਕੇ ਆਪਦਾ ਸੰਤਾਪ, ਆਪਦੇ ਦਿਲ ਦੀ ਵੇਦਨਾ ਪ੍ਰਗਟ ਕਰਨੀ ਕਿ ਜੀ ਅਸੀਂ ਕਰੀਏ ਤਾਂ ਕਰੀਏ ਕੀ, ਅਸੀਂ ਇਸ ਸੰਘਰਸ਼ ਨੂੰ ਕਾਮਯਾਬ ਹੁੰਦਾ ਦੇਖਣ ਦੇ ਲਈ ਆਪਦੇ ਘਰ ਪਰਿਵਾਰ ਮਾਂ ਬਾਪ ਭੈਣ ਭਰਾ ਸਭ ਕੁਛ ਨੂੰ ਤਿਆਗ ਕੇ ਇੱਥੇ ਆਏ ਹਾਂ। ਪਰ ਇਸ ਗੱਲ ਇਹ ਤਾਂ ਕੋਈ ਸ਼ਰਤ ਨਹੀਂ ਸੀ ਕਿ ਸਿੱਖੀ ਨੂੰ ਤੇ ਸਿੱਖਾਂ ਨੂੰ ਨੀਵਾਂ ਦਿਖਾਉਣਾ ਦੇਖਣਾ ਪਊਗਾ ਤੁਹਾਨੂੰ। ਮਤਲਬ ਕਿ ਜਿਹੜੇ ਆ ਵਿਚਾਲੇ ਜੇ ਇੱਕ ਸਾਡੇ ਭਾਈਚਾਰੇ ਦੇ ਵਿੱਚੋਂ ਲੋਕ ਪੈਦਾ ਹੋ ਕੇ ਖੜ ਗਏ ਜਿਹੜੇ ਸਾਨੂੰ ਜਾਂ ਪੰਥਕ ਲੋਕਾਂ ਨੂੰ ਤਾਂ ਰੋਕਣ ਨੂੰ ਤਿਆਰ ਸੀ ਕਿ ਜੀ ਸੰਘਰਸ਼ ਕਮਜ਼ੋਰ ਹੁੰਦਾ, ਪਰ ਇਹਨਾਂ ਲੋਕਾਂ 'ਚ ਇਹ ਹਿੰਮਤ ਨਹੀਂ ਸੀ, ਇਹ ਉਨੇ ਜੋਗੇ ਨਹੀਂ ਸੀਗੇ ਵੀ ਕਾਮਰੇਡਾਂ ਨੂੰ ਜਾਂ ਐਂਟੀ ਪੰਥਕ ਲੋਕਾਂ ਨੂੰ ਕਹਿਣ ਕਿ ਯਾਰ ਤੁਸੀਂ ਕਾਹਨੂੰ ਭਕਾਈ ਮਾਰਦੇ ਹੋ, ਕਾਹਨੂੰ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਹੋ ਜਿਹਦੇ ਨਾਲ ਸਿੱਖਾਂ ਨੂੰ ਪ੍ਰਤੀਕਿਰਿਆ ਕਰਨੀ ਪਵੇ ਤੇ ਸਿੱਖ ਜਿਹੜੇ ਆ ਉਹ ਫਿਰ ਜਦੋਂ ਕੋਈ ਪ੍ਰਤੀਕਿਰਿਆ ਕਰਦੇ ਆ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਕਿ ਸੰਘਰਸ਼ ਕਮਜ਼ੋਰ ਹੁੰਦਾ। ਸੋ ਸੰਘਰਸ਼ ਕਮਜ਼ੋਰ ਹੁੰਦਾ ਇਹ ਕਹਿ ਕੇ ਇਹ ਖੁੱਲ ਲੈਣ ਦੇ ਯਤਨ ਕੀਤੇ ਗਏ ਕਿ ਸਾਨੂੰ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਰੱਜ ਕੇ ਇਸ ਪਲੈਟਫਾਰਮ ਨੂੰ ਵਰਤਣ ਦਾ ਮੌਕਾ ਜਿਹੜਾ ਹੈਗਾ ਉਹ ਦਿੱਤਾ ਜਾ। ਪਰ ਬੜਾ ਚੰਗਾ ਲੱਗਿਆ ਕਿ ਉਹਨਾਂ ਗੁਰਸਿੱਖ ਪਿਆਰਿਆਂ ਨੇ ਜਿਹਨਾਂ ਦਾ ਸਿੱਖੀ ਸਿਦਕ ਕਾਇਮ ਸੀ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਕਿ ਸਾਨੂੰ ਕੋਈ ਬਾਹਰੋਂ ਕਿਉਂ ਕੀ ਕਹਿੰਦਾ ਜਾਂ ਨਹੀਂ ਕਹਿੰਦਾ। ਉਹਨਾਂ ਨੇ ਗੱਜ ਵੱਜ ਕੇ ਪੰਥ ਦਾ ਜਿਹੜਾ ਪੱਖ ਸੀਗਾ ਉਹਦੀ ਪਹਿਰੇਦਾਰੀ ਕੀਤੀ ਤੇ ਅਖੀਰ ਉਹ ਗੱਲ ਜਦੋਂ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉੱਥੇ ਇਹ ਗੱਲਾਂ ਉੱਭਰੀਆਂ ਕਿ ਵਾਕਿਆ ਹੀ ਸਿੱਖਾਂ ਦੀ ਇਹ ਗੱਲ ਕਹਿਣੀ ਜਾਇਜ਼ ਆ ਕਿ ਸਾਨੂੰ ਇੱਥੇ ਇਹ ਬਰਦਾਸ਼ਤ ਨਹੀਂ ਹੋ ਸਕਦਾ ਜੇ ਤੁਸੀਂ ਕਹੋ ਵੀ ਸੰਘਰਸ਼ ਕਮਜ਼ੋਰ ਹੁੰਦਾ, ਇਹ ਗੱਲ ਕਹਿ ਕੇ ਸਾਨੂੰ ਤੁਸੀਂ ਚੁੱਪ ਕਰਾਉਣਾ ਚਾਹੋ, ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ। ਧਾਰਮਿਕ ਰੰਗਤ ਨਾ ਦਿਓ ਗਾਲੀ ਵਾਲੀ ਗੱਲ ਜਿਹੜੀ ਹੈਗੀ, ਅਸੀਂ ਹੁਣ ਧਰਮ ਕਿੱਥੇ ਛੱਡਿਆਈਏ, ਅਸੀਂ ਧਰਮੀ ਕਰਮੀ ਬੰਦੇ ਹਾਂ, ਅਸੀਂ ਨਿਤਨੇਮੀ ਬਾਣੀ ਵਾਲੇ ਬੰਦੇ ਹਾਂ, ਅਸੀਂ ਧਰਮੀ ਬੰਦੇ ਹਾਂ ਤਾਂ ਧਰਮ ਸਾਡਾ ਨਾਲ ਹੀ ਰਹਿਣਾ। ਸੋ ਇਹ ਜਿਹੜਾ ਸਾਰਾ ਮਾਹੌਲ ਸੀਗਾ ਇਹਦੇ ਵਿੱਚ ਬਹੁਤ ਸਾਰੇ ਟਕਰਾਅ ਹੋਏ, ਤਕਰਾਰਾਂ ਹੋਈਆਂ, ਬਹੁਤ ਸਾਰੇ ਜਿਹੜੇ ਨਫ਼ਰਤ ਵਧੀ, ਵਿਰੋਧ ਵਧਿਆ। ਉਹਦੇ ਵਿੱਚ ਕਈ ਇਹੋ ਜਿਹੇ ਲੋਕ ਜਿਹੜੇ ਸਿੱਖ ਸੰਘਰਸ਼ ਦੌਰਾਨ ਕੁਲਵੰਤ ਸਿੰਘ ਕਾਂਤੀ, ਟਾਊਟ, ਕੈਟ ਜੋ ਮਰਜ਼ੀ ਉਹਨੂੰ ਕਹੋ, ਖਾੜਕੂ ਸੰਘਰਸ਼ ਦੌਰਾਨ ਉਹ ਇੱਦਾਂ ਦੇ ਬਹੁਤ ਸਾਰੇ ਲੋਕ ਇਸ ਸੰਘਰਸ਼ ਵਿੱਚ ਸਾਹਮਣੇ ਆਏ ਜਿਨ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਸਿੱਖਾਂ ਨਾਲ ਜਾਂ ਸਿੱਖੀ ਨਾਲ ਵੈਰ ਵਿਰੋਧ ਆ, ਸ਼ਰੇਆਮ ਉਹ ਨਾਸਤਿਕਤਾ ਦੀ ਗੱਲ ਵੀ ਕਰਦੇ ਆ। ਤੇ ਇਸ ਸਾਰੇ ਸੰਘਰਸ਼ ਦੌਰਾਨ ਇੱਕ ਸ਼ਖਸੀਅਤ ਸਰਦਾਰ ਜਗਿੰਦਰ ਸਿੰਘ ਅਗਰਾਹਾਂ, ਜਿਨ੍ਹਾਂ ਦੀ ਭਾਰਤੀ ਕਿਸਾਨ ਯੂਨੀਅਨ ਆ ਜਿਹੜੀ, ਉਹਦੀ ਗੱਲ ਜਿਹੜੀ ਹੈਗੀ ਆ ਉੱਥੇ ਵਾਰ ਵਾਰ ਚੱਲਦੀ ਰਹੀ ਆ। ਉਹ ਅੱਜ ਵੀ ਇਹੀ ਗੱਲ ਕਹਿ ਰਿਹਾ ਕਿ ਜੀ ਮੈਂ ਖਾਲਿਸਤਾਨੀਆਂ ਨੇ ਮੈਨੂੰ ਬੜੀਆਂ ਗਾਲਾਂ ਕੱਢੀਆਂ, ਮੈਨੂੰ ਖਾਲਿਸਤਾਨੀ ਬੜਾ ਤੰਗ ਕਰਦੇ ਰਹੇ, ਸਾਨੂੰ ਖਾਲਿਸਤਾਨੀ ਐਂ ਕਹਿੰਦੇ ਸੀ, ਉਹ ਕਹਿੰਦੇ ਸੀ। ਹਕੀਕਤ ਆ ਜਿਹੜੀ ਉਹ ਇਹ ਆ ਗੱਲ ਕਿ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਨੇ ਜਦੋਂ ਇਹ ਸੰਘਰਸ਼ ਚੱਲਿਆ ਪਿਛਲੇ ਸਾਲ ਨਵੰਬਰ ਦੇ ਵਿੱਚ ਦਿੱਲੀ ਨੂੰ ਜਾਣ ਵੇਲੇ, ਬਾਕੀ ਸਾਰਿਆਂ ਨੇ ਤਾਂ ਮਤਲਬ ਇਹ ਗੱਲ ਨਹੀਂ ਕਹੀ, ਪਰ ਜਗਿੰਦਰ ਸਿੰਘ ਅਗਰਾਹਾਂ ਦੀ ਜਥੇਬੰਦੀ ਦਾ ਇਹ ਫੈਸਲਾ ਸੀ ਵੀ ਆਪਾਂ ਨੂੰ ਜਿੱਥੇ ਰੋਕਿਆ ਆਪਾਂ ਉੱਥੇ ਰੁਕ ਜਾਣਾ, ਖਨੌਰੀ ਬਾਰਡਰ ਦੇ ਉੱਤੇ ਬਹਿ ਕੇ ਵੀ ਅਸੀਂ ਤਾਂ ਜੀ ਇੱਦੋਂ ਗਾਹਾਂ ਜਾਣਾ ਜੀ। ਤੇ ਬਾਕੀ ਸਾਰੇ ਜਿਹੜੇ ਸੀ ਉਹ ਸ਼ੰਭੂ ਬੈਰੀਅਰ ਤੋਂ ਜਦੋਂ ਲੰਘੇ ਆ, ਜਦੋਂ ਘੱਗਰ ਦੇ ਵਿੱਚ ਚੱਕ ਕੇ ਬੈਰੀਕੇਡ ਮਾਰੇ, ਤੇ ਸਾਰੇ ਹਰਿਆਣੇ ਦੇ ਵਿੱਚ ਦੀ ਉਸ ਦਿਨ
ਧਮਕਾਰਾਂ ਪੈਂਦੀਆਂ ਜਾਂਦੀਆਂ ਸੀ ਤੇ ਉਹ ਸਾਰੇ ਦੇ ਸਾਰੇ ਜਿਹੜੇ ਸੰਘਰਸ਼ਸ਼ੀਲ ਯੋਧੇ ਸੀ ਉਹ ਦਿੱਲੀ ਵੱਲ ਨੂੰ ਵੱਧਦੇ ਜਾ ਰਹੇ ਸੀ। ਜਿਸ ਵੇਲੇ ਸਾਰੇ ਪੰਜਾਬ ਦੇ ਵਿੱਚੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਕਾਫਲੇ ਟਰੈਕਟਰਾਂ ਟਰਾਲੀਆਂ ਦੇ ਉੱਤੇ ਹਰ ਉਸ ਬਿਪਤਾ ਨਾਲ ਔਕੜ ਨਾਲ ਜਿਹੜੀ ਰਸਤੇ ਦੇ ਵਿੱਚ ਗੜਬੜ ਕੀਤੀ ਹੋਈ ਸੀ ਰਸਤਾ ਰੋਕਣ ਲਈ ਉਹਨੂੰ ਪਾਰ ਕਰਦੇ ਹੋਏ ਅੱਗੇ ਵੱਧ ਰਹੇ ਸੀ। ਉਦੋਂ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਤੇ ਉਹਦੀ ਧਿਰ ਅੜੀ ਬੈਠੀ ਸੀ ਕਿ ਅਸੀਂ ਤਾਂ ਕਿਤੇ ਨਹੀਂ ਜਾਣਾ ਤੇ ਉਸ ਮੌਕੇ ਉਹ ਜਿਹੜੀ ਤਕਰੀਰ ਕੀਤੀ ਗਈ ਜਗਿੰਦਰ ਸਿੰਘ ਉਗਰਾਹਾਂ ਵੱਲੋਂ ਕਿ ਇਹ ਜਿਹੜੇ ਦਿੱਲੀ ਨੂੰ ਜਾ ਰਹੇ ਨੇ ਇਹ ਸਰਕਾਰੀ ਟਰੈਪ ਆ ਤੇ ਜੇ ਆਪਾਂ ਨਾਕੇ ਤੋੜੇ ਬੈਰੀਅਰ ਭੰਨੇ ਆਪਾਂ ਅੱਗੇ ਨੂੰ ਵਧੇ ਤਾਂ ਆਪਣੇ ਉੱਤੇ ਲਾਠੀਚਾਰਜ ਕਰਕੇ ਆਪਾਂ ਨੂੰ ਲੀਡਰਸ਼ਿਪ ਨੂੰ ਗ੍ਰਿਫਤਾਰ ਕਰ ਲੈਣਗੇ ਤੇ ਸਾਰਾ ਜਿਹੜਾ ਮੋਰਚਾ ਸੰਘਰਸ਼ ਆ ਜਿਹੜਾ ਉਹ ਖਤਮ ਹੋ ਜੂ। ਸੋ ਕਿਸਾਨ ਆਗੂ ਜਗਿੰਦਰ ਸਿੰਘ ਅਗਰਾਹਾਂ ਇਹ ਗੱਲ ਮੰਨੀ ਬੈਠਾ ਸੀ ਉਹਦੀ ਧਿਰ ਵੀ ਇਸ ਗੱਲ ਤੇ ਪੂਰੀ ਸੀ ਕਿ ਆਪਾਂ ਬਾਕੀ ਚਾਹੇ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਦਿੱਲੀ ਨੂੰ ਚਲੇ ਜਾਣ ਹਰਿਆਣੇ ਵਿੱਚ ਵੀ ਕਿਉਂਕਿ ਹਰਿਆਣੇ ਦੇ ਲੋਕਾਂ ਨੇ ਵੀ ਉਸ ਦਿਨ ਬੜਾ ਸਾਥ ਦਿੱਤਾ ਸੀ ਪਰ ਆਪਾਂ ਬਾਰਡਰ ਤੇ ਖਰੌਰੀ ਤੇ ਬੈਠੇ ਰਹਿਣਾ ਇੱਥੇ ਟੈਕੇ ਬਹਿ ਜਾਓ ਤੇ ਪੱਤਾ ਨਹੀਂ ਹਿਲਣਾ ਚਾਹੀਦਾ ਆਪਾਂ ਇਹ ਤੋਂ ਅੱਗੇ ਨਹੀਂ ਵਧਣਾ ਤੇ ਜਿਹੜੇ ਨਾਕੇ ਤੋੜ ਕੇ ਅੱਗੇ ਜਾ ਰਹੇ ਨੇ ਇਹ ਮੋਦੀ ਦੇ ਬੰਦੇ ਆ ਇਹ ਤਾਂ ਬੀਜੇਪੀ ਦੇ ਬੰਦੇ ਆ ਆਰਐਸਐਸ ਦੇ ਬੰਦੇ ਤੇ ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਸਾਜਿਸ਼ ਆ ਵੀ ਇਹ ਤੋਂ ਆਪਾਂ ਬਚਣਾ। ਏਦਾਂ ਦੀਆਂ ਗੱਲਾਂ ਜਦੋਂ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਕਰ ਰਿਹਾ ਸੀ ਤਾਂ ਕਿੰਨਾ ਦੁੱਖ ਹੋਇਆ ਹੋਣਾ ਉਹਨਾਂ ਸੱਚੇ ਸੁੱਚੇ ਲੋਕਾਂ ਨੂੰ ਜਿਹੜੀਆਂ ਸੰਗਤਾਂ ਦਿੱਲੀ ਨੂੰ ਵੱਧ ਰਹੀਆਂ ਸੀ। ਬਾਅਦ ਵਿੱਚ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਚਲੇ ਵੀ ਗਿਆ ਦਿੱਲੀ ਪਰ ਉਹਦੀ ਹਰ ਗੱਲ ਜਿਹੜੀ ਉਸ ਦਿਨ ਉਹਨੇ ਕਹੀ ਉਹ ਝੂਠੀ ਸਾਬਤ ਹੋਈ ਸੀ। ਜਿਹੜੀ ਉਹਨੇ ਕਿਹਾ ਸੀ ਵੀ ਇਹ ਤਾਂ ਜੀ ਆਰਐਸਐਸ ਦੀ ਚਾਲ ਆ ਇਹ ਤਾਂ ਮੋਦੀ ਦੀ ਚਾਲ ਆ ਇਹ ਤਾਂ ਬੀਜੇਪੀ ਦੀ ਚਾਲ ਆ ਇਹ ਤਾਂ ਜਿਹੜਾ ਹੈਗਾ ਆਪਾਂ ਸਾਜਿਸ਼ ਵਿੱਚ ਫਸ ਜਾਵਾਂਗੇ ਇਹ ਸਾਰੀ ਗੱਲ ਜਿਹੜੀ ਸੀ ਉਹ ਝੂਠੀ ਸੀ। ਉਹ ਸੱਚੇ ਸੁੱਚੇ ਲੋਕਾਂ ਦੇ ਦਿਲ ਦੀ ਭਾਵਨਾ ਸੀ ਕਿ ਜਦੋਂ ਆਪਾਂ ਐਲਾਨ ਕਰ ਦਿੱਤਾ ਗਾ ਕਿ ਦਿੱਲੀ ਨੂੰ ਚੱਲੋ ਤਾਂ ਪਰ ਦਿੱਲੀ ਨੂੰ ਚੱਲਦੇ ਆ ਦੇਖਾਂਗੇ ਰਸਤੇ 'ਚ ਕੀ ਹੁੰਦਾ। ਔਰ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਕਿ ਉਦੋਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਆਪਾਂ ਦਿੱਲੀ ਇਉਂ ਪਹੁੰਚ ਸਕਾਂਗੇ। ਇਹ ਉਸਦਾ ਨਾ ਸੱਚੇ ਪਾਤਸ਼ਾਹ ਦੀ ਕਲਾ ਵਾਹਿਗੁਰੂ ਦੀ ਮਿਹਰ ਹੋਈ ਉੱਥੇ ਸੰਗਤਾਂ ਪਹੁੰਚੀਆਂ ਦਿੱਲੀ ਜਦੋਂ ਪਹੁੰਚ ਗਏ ਫਿਰ ਜਗਿੰਦਰ ਸਿੰਘ ਅਗਰਾਹਾਂ ਦੀ ਗੱਲ ਜਿਹੜੀ ਸੀ ਉਹ ਜਦੋਂ ਇਹਨਾਂ ਨੂੰ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਠੀਕ ਆ ਮੇਰੀ ਗੱਲ ਜਿਹੜੀ ਸੀਗੀ ਮੈਨੂੰ ਉਦੋਂ ਇਉਂ ਲੱਗਦਾ ਸੀਗਾ ਵੀ ਇਹ ਗਲਤ ਆ ਗੱਲ ਮੈਂ ਬੜੀਆਂ ਗੱਲਾਂ ਕਰ ਬੈਠਿਆ ਪਰ ਚਲੋ ਵਧੀਆ ਹੋ ਗਿਆ ਜਿਹੜਾ ਪਹੁੰਚ ਗਿਆ ਤੇ ਅਸੀਂ ਵੀ ਆ ਰਹੇ। ਇਹਨੇ ਉਸ ਗੱਲ ਨੂੰ ਸਦਾ ਲਈ ਆਪਦੇ ਦਿਲ ਤੇ ਲਾ ਲਿਆ ਵੀ ਮੇਰੀ ਗੱਲ ਨੀ ਮੰਨੀ ਗਈ ਸਾਰੇ ਸੰਘਰਸ਼ ਵਾਲਿਆਂ ਨੇ ਆਪਦੀ ਮਰਜ਼ੀ ਕੀਤੀ। ਇਹ ਉਸ ਸਾਰੇ ਸੰਘਰਸ਼ ਦੌਰਾਨ ਫਿਰ ਸਿੱਖੀ ਉੱਤੇ ਜਾਂ ਸਿੱਖਾਂ ਉੱਤੇ ਹੈ ਤਾਂ ਦਿਲ ਚ ਪਹਿਲਾਂ ਹੀ ਕੜਤਣ। ਦੂਜਾ ਜਦੋਂ ਇਹ ਆਇਆ ਵੀ ਜਿਹੜਾ ਟਰੈਕਟਰ ਸਭ ਤੋਂ ਮੂਹਰੇ ਲੱਗਿਆ ਹੋਇਆ ਸੀ ਉੱਥੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ ਸਟਿੱਕਰ ਲੱਗੇ ਹੋਏ ਸੀ ਤੇ ਸਾਰੇ ਜਿਹੜੇ ਟਰੈਕਟਰ ਸੀ ਉਹਦੇ ਉੱਤੇ ਖਾਲਸਾ ਹੀ ਝੰਡੇ ਝੂਲਦੇ ਸੀ। ਇਹ ਜਿਹੜੀ ਗੱਲ ਸੀ ਇਹ ਹੋਰ ਵੀ ਜ਼ਿਆਦਾ ਉਗਰਾਹਾਂ ਲਈ ਔਖੀ ਸੀ। ਇਹ ਬਰਦਾਸ਼ਤ ਕਰਨਾ ਕਿ ਖਾਲਸਾ ਹੀ ਝੰਡੇ ਲੱਗੇ ਹੋਣ ਸੰਤ ਭਿੰਡਰਾਂ ਵਾਲਿਆਂ ਦੀ ਸਟਿੱਕਰ ਲੱਗੇ ਹੋਣ ਫੋਟੋਆਂ ਵਾਲੇ ਤੇ ਉਹ ਟਰੈਕਟਰ ਦਿੱਲੀ ਜਾਣ ਤੇ ਅਸੀਂ ਕਿਸਾਨ ਸੰਘਰਸ਼ ਵਾਲੇ ਕਹਿੰਦੇ ਹੋਈਏ ਕਿ ਇਦੋਂ ਅੱਗੇ ਹਿੱਲਣਾ ਨਹੀਂ ਸਾਡੀ ਜਥੇਬੰਦੀ ਇਹ ਕਹਿੰਦੀ ਹੋਵੇ ਵੀ ਖਰੌਰੀ ਤੋਂ ਅੱਗੇ ਨਹੀਂ ਤੁਰਨਾ। ਇਹ ਪੰਜਾਬ ਤੋਂ ਦਿੱਲੀ ਵੀ ਪਹੁੰਚ ਗਏ। ਇਹ ਗੱਲ ਇੰਨੀ ਜ਼ਿਆਦਾ ਤਕਲੀਫ ਮੰਨੀ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਨੇ ਤੇ ਹੋਰ ਬਹੁਤ ਸਾਰਿਆਂ ਨੇ ਕਿ ਸਾਰੇ ਸੰਘਰਸ਼ ਦੌਰਾਨ ਉਹ ਲੋਕ ਆਪਦੀ ਕੜਤਣ ਆਪਦੀ ਨਫ਼ਰਤ ਜਿਹੜੀ ਆ ਸਿੱਖੀ ਨਾਲ ਜਾਂ ਸਿੱਖਾਂ ਨਾਲ ਉਹ ਲੁਕੋ ਨਹੀਂ ਸਨ। ਤੇ ਚਲੋ ਜਿਹੜਾ ਸਮਾਂ ਸਾਰਾ ਬੀਤ ਗਿਆ ਸਾਰੇ ਸੰਘਰਸ਼ ਦੇ ਵਿੱਚ ਕਈ ਵਾਧੇ ਘਾਟੇ ਆਏ ਕਈ ਊਚ ਨੀਚ ਆਉਂਦੇ ਆ ਅੰਤ ਜਦੋਂ ਹੁਣ ਸਾਰਾ ਸੰਘਰਸ਼ ਲਾਸਟ ਐਂਡ ਤੇ ਆ ਗਿਆ ਹੁਣ ਮੀਡੀਆ ਵਾਲਿਆਂ ਨੂੰ ਅੱਜ ਵੀ ਸਰਦਾਰ ਜਗਿੰਦਰ ਸਿੰਘ ਅਗਰਾਹਾਂ ਵਾਰ ਵਾਰ ਇਹ ਗੱਲ ਕਹਿ ਰਿਹਾ ਕਿ ਮੈਨੂੰ ਖਾਲਿਸਤਾਨੀਆਂ ਨੇ ਬਹੁਤ ਜਲੀਲ ਕੀਤਾ ਸਾਨੂੰ ਖਾਲਿਸਤਾਨੀਆਂ ਨੇ ਗਾਲਾਂ ਕੱਢੀਆਂ ਤੇ ਸਾਨੂੰ ਕਹਿੰਦੇ ਸੀ ਕਿ ਤੁਸੀਂ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਪੱਟੇ ਚੱਕ ਦਿਓ। ਉਹ ਗੱਲ ਫਿਰ ਇਹੀ ਦਿਮਾਗ 'ਚ ਫਸੀ ਹੋਈ ਆ ਕਿ ਜਦੋਂ ਅਸੀਂ ਖਰੌਰੀ ਬਾਰਡਰ ਤੇ ਬੈਠੇ ਰਹਿਣਾ ਚਾਹੁੰਦੇ ਸੀ ਉਸ ਮੌਕੇ ਜਿਹੜਾ ਸੰਭੂ ਵਾਲਾ ਨਾਕਾ ਇਹ ਤੋੜਨ ਵਾਲੇ ਵੀ ਆਪਾਂ ਨਾਕੇ ਭੰਨੋ ਅੱਗੇ ਵਧੋ ਕਿਉਂ ਨੀ ਅੱਗੇ ਵਧਣਾ ਚਲੋ ਅੱਗੇ ਵੀ ਇਹ ਗੱਲਾਂ ਕਰਦੇ ਸੀਗੇ ਜਿਹੜੇ ਸਿੱਖ।
ਹੁਣ ਇਹ ਜਿਹੜਾ ਦੁੱਖ ਵਾ ਇਹਦਾ ਕੋਈ ਇਲਾਜ ਤਾਂ ਹੈ ਨਹੀਂ, ਪਰ ਇਸ ਚੀਜ਼ ਦੇ ਵਿੱਚ ਜਦੋਂ ਜਦੋਂ ਵੀ ਸਿੱਖ ਸੰਗਤਾਂ ਵੱਲੋਂ ਜਾਂ ਕਿਸੇ ਵੱਲੋਂ ਸਾਰੇ ਸੰਘਰਸ਼ ਦੌਰਾਨ ਇਹ ਗੱਲ ਆਖੀ ਗਈ ਕਿ ਆਪਾਂ ਨੂੰ ਕੋਈ ਵਧੀਆ ਪ੍ਰੋਗਰਾਮ ਲੀਕਣਾ ਚਾਹੀਦਾ, ਚੰਗਾ ਪ੍ਰੋਗਰਾਮ ਲੀਕਣਾ ਚਾਹੀਦਾ, ਇਹ ਕੋਈ ਮਾੜੀ ਗੱਲ ਤਾਂ ਹੈ ਨਹੀਂ। ਜੇਕਰ ਕੋਈ ਸੰਘਰਸ਼ ਦੇ ਵਿੱਚ ਜਿਹੜੀ ਤੇਜ਼ੀ ਲਿਆਉਣ ਲਈ ਜਾਂ ਤਾਜ਼ਗੀ ਲਿਆਉਣ ਲਈ ਕੋਈ ਪ੍ਰੋਗਰਾਮ ਉਲੀਕਣ ਦੀ ਮੰਗ ਕਰਦਾ ਹੈ ਉਹ ਕਿਵੇਂ ਗਲਤ ਹੈ? ਪਰ ਜੋਗਿੰਦਰ ਸਿੰਘ ਅਗਰਾਹਾਂ ਜਾਂ ਹੋਰ ਉਹਦੇ ਵਰਗਿਆਂ ਨੇ ਇਸ ਗੱਲ ਦਾ ਇੱਕੋ ਨਕਾਤੀ ਆਪਦਾ ਏਜੰਡਾ ਫਿੱਟ ਕਰ ਲਿਆ ਕਿ ਸਾਨੂੰ ਜੀ ਇਹ ਖਾਲਿਸਤਾਨੀ ਨੇ, ਚਾਹੇ ਉਹ ਬੰਦਾ ਆਮ ਜਾਂ ਸਧਾਰਨ ਗੁਰਸਿੱਖ ਹੀ ਹੋਵੇ ਤੇ ਬੇਸ਼ੱਕ ਉਹ ਮਰਿਆਦਾ ਚ ਵੀ ਪੱਕਾ ਨਾ ਹੋਵੇ, ਪਰ ਇਹਨਾਂ ਨੇ ਉਹਨੂੰ ਸਿੱਖ ਤਾਂ ਕੀ, ਇਹਨਾਂ ਨੇ ਚੋਟੀ ਦਾ ਖਾਲਿਸਤਾਨੀ ਕਹਿ ਕੇ ਵੀ ਖਾਲਿਸਤਾਨੀ ਸਾਨੂੰ ਐਂ ਕਹਿੰਦੇ ਆ ਜੀ, ਖਾਲਿਸਤਾਨੀ ਕਹਿੰਦੇ ਆ ਪਾਰਲੀਮੈਂਟ ਨੂੰ ਘੇਰਾ ਪਾਓ, ਖਾਲਿਸਤਾਨੀ ਸਾਨੂੰ ਆਹ ਕਹਿੰਦੇ ਆ ਉਹ ਕਹਿੰਦੇ। ਸੋ ਬਹੁਤ ਕੂੜ ਪ੍ਰਚਾਰ ਕਰਨ ਲਈ, ਨਫ਼ਰਤ ਲਈ, ਬਦਨਾਮੀ ਲਈ ਸਰਦਾਰ ਜੋਗਿੰਦਰ ਸਿੰਘ ਅਗਰਾਹਾਂ ਤੇ ਉਹਦੀ ਧਿਰ ਸਮੇਤ ਹੋਰ ਬਹੁਤ ਸਾਰੇ ਲੀਡਰਾਂ ਨੇ ਕੁਫਰ ਤੋਲਿਆ। ਔਰ ਇਹ ਗੱਲ ਜਿਹੜੀ ਹੈ ਸਮੇਂ ਦੇ ਨਾਲ ਨਾਲ ਬਹੁਤ ਚੁਭੂਗੀ। ਆਉਣ ਵਾਲਾ ਸਮਾਂ ਜਿਹੜਾ ਭਵਿੱਖ ਵਾਲਾ ਸਮਾਂ, ਉੱਥੇ ਇੱਕ ਤਾਂ ਇਹ ਹੈਗਾ ਕਿ ਜਿੰਨਾ ਟਾਈਮ ਇਸ ਸੰਘਰਸ਼ ਦੇ ਜਿਹੜੇ ਮੁੱਦੇ ਰਹਿ ਗਏ ਆ, MSP ਦਾ ਮੁੱਦਾ ਤੇ ਲਖੀਮਪੁਰ ਖੀਰੀ 26 ਜਨਵਰੀ ਤੇ ਹੋਰ ਕੇਸ ਆ ਜਿਹੜੇ ਮੁਕੱਦਮੇ ਚੱਲ ਰਹੇ ਆ ਉਹਨਾਂ ਬਾਰੇ ਆ, ਹੋਰ ਕਈ ਨੁਕਤੇ ਆ। ਇੱਕ ਤਾਂ ਉਹਨਾਂ ਨੁਕਤਿਆਂ ਦੀ ਪਹਿਰੇਦਾਰੀ ਕਰਨੀ ਕਰਾਉਣੀ ਆ, ਉਹਦੇ ਲਈ ਸੋਥਾ ਚਾਹੀਦਾ, ਇਕੱਠ ਚਾਹੀਦਾ, ਏਕਤਾ ਚਾਹੀਦੀ ਆ, ਇਤਫਾਕ ਚਾਹੀਦੀ ਆ। ਪਰ ਕਾਮਰੇਡ ਲਾਣਾ ਜਾਂ ਐਂਟੀ ਪੰਥਕ ਲੋਕਾਂ ਦਾ ਸਾਰੇ ਸੰਘਰਸ਼ ਦੌਰਾਨ ਵੀ ਇਹ ਰਵੱਈਆ ਰਿਹਾ ਕਿ ਅਸੀਂ ਇਸ ਸਾਰੇ ਸੰਘਰਸ਼ ਨੂੰ ਕਾਮਰੇਡਾਂ ਦੀ ਲਹਿਰ ਬਣਾਉਣਾ ਤੇ ਸਿੱਖੀ ਨੂੰ ਤੇ ਸਿੱਖਾਂ ਨੂੰ ਮਨਫੀ ਕਰਨਾ। ਹੁੰਦਾ ਤਾਂ ਹੈ ਨੀ, ਬਣਦੀ ਤਾਂ ਗੱਲ ਉਵੇਂ ਹੈ ਨੀ ਵਿਚਾਰਿਆਂ ਤੋਂ, ਪਰ ਜ਼ੋਰ ਪੂਰਾ ਲਾਈ ਰੱਖਿਆ। ਹੁਣ ਜਿਹੜੇ ਖੱਬੇ ਪੱਖੀ ਲੋਕ ਨੇ ਉਹਨਾਂ ਦੇ ਕੋਲੇ ਬੜੇ ਲਿਖਾਰੀ ਨੇ, ਬੜੇ ਟੈਲੀਵਿਜ਼ਨ ਚੈਨਲਾਂ ਵਾਲੇ ਨੇ, ਬੜੇ ਨਾਟਕਾਂ ਵਾਲੇ ਨੇ, ਬੜੇ ਉਹਨਾਂ ਕੋਲੇ ਹੋਰ ਢੰਗ ਤਰੀਕੇ ਆ। ਭਾਰਤੀ ਮੀਡੀਆ ਵੀ ਉਹਨਾਂ ਨੂੰ ਸਪੇਸ ਦੇਣ ਨੂੰ ਤਿਆਰ ਹੋ ਜਾਂਦਾ, ਸਿੱਖਾਂ ਨੂੰ ਤਾਂ ਕਹਿੰਦੇ ਨੇ ਇਹ ਰੈਡੀਕਲ ਨੇ, ਵੱਖਵਾਦੀ ਨੇ, ਖਾਲਿਸਤਾਨੀ ਨੇ, ਅੱਤਵਾਦੀ ਨੇ, ਟੈਰੋਰਿਸਟ ਨੇ, ਪਾਕਿਸਤਾਨ ਦੇ ਏਜੰਟ ਨੇ, ਹਿੰਦੂ ਸਿੱਖ ਏਕਤਾ ਦੇ ਵੈਰੀ ਨੇ, ਅਮਨ ਸ਼ਾਂਤੀ ਦੇ ਦੁਸ਼ਮਣ ਨੇ। ਸੋ ਭਾਰਤੀ ਰਾਸ਼ਟਰਵਾਦੀ ਜਿਹੜਾ ਮੀਡੀਆ ਤੇ ਖੱਬੇ ਪੱਖੀ ਧਿਰਾਂ ਦਾ ਜਿਹੜਾ ਲਾਣਾ ਪਲੱਸ ਸੈਕੂਲਰ ਲਿਬਰਲ ਤੇ ਕਾਂਗਰਸ ਤੇ ਹੋਰ ਕਈ ਪੱਖਾਂ ਤੋਂ ਇਸ ਐਂਟੀ ਪੰਥਕ ਲੌਂਗ ਲਾਣੇ ਨੂੰ ਅਗਲੇ ਦਿਨਾਂ ਦੇ ਵਿੱਚ ਸੰਘਰਸ਼ ਦੇ ਮਹਾਨਾਇਕਾਂ ਵਜੋਂ ਉਭਾਰਨ ਦੇ ਯਤਨ ਕੀਤੇ ਜਾਣਗੇ। ਤੇ ਸੁਭਾਵਿਕ ਗੱਲ ਆ ਵੀ ਇੱਕ ਹੱਦ ਤੱਕ ਤਾਂ ਚਲੋ ਮੰਨਣਾ ਹੀ ਪਊਗਾ ਆਪਾਂ ਨੂੰ ਕਿ ਇਹਨਾਂ ਦਾ ਇੱਕ ਬਹੁਤ ਬਣਦਾ ਜਿਹੜਾ ਹੈਗਾ ਹਿੱਸਾ ਉਹ ਸੰਘਰਸ਼ ਵਿੱਚ ਹੈਗਾ, ਪਰ ਜੇਕਰ ਉਹ ਸਿੱਖੀ ਨੂੰ ਤੇ ਸਿੱਖਾਂ ਨੂੰ ਚੁਣੌਤੀ ਦੇਣ ਵਾਲੀਆਂ ਗੱਲਾਂ ਕਰਨ ਤੇ ਹਰ ਸਿੱਖ ਦੀ ਸਧਾਰਨ ਗੱਲ ਨੂੰ ਖਾਲਿਸਤਾਨੀ ਐਂ ਕਹਿੰਦੇ ਸੀ, ਖਾਲਿਸਤਾਨੀ ਉਹ ਕਰਦੇ ਸੀ ਕਹਿਣਗੇ, ਤਾਂ ਫਿਰ ਇੱਕ ਤਕਰਾਰ ਜਿਹੜੀ ਆ, ਇੱਕ ਬਹਿਸ ਜਿਹੜੀ ਆ, ਇੱਕ ਨਿਰਾਰਥਕ ਜੀ ਬੇਰਸੀ ਵਾਲਾ ਮਾਹੌਲ ਸਿਰਜਣ ਵਾਲਾ ਜਿਹੜਾ ਕੰਮ ਆ ਉਹ ਹੋਏਗਾ। ਤੇ ਇਹੋ ਜਿਹੀਆਂ ਸ਼ਕਤੀਆਂ, ਇਹੋ ਜਿਹੀਆਂ ਗੱਲਾਂ ਬਾਤਾਂ ਨੇ ਉਹ ਚੱਲ ਵੀ ਪਈਆਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਗਤ ਲਈ ਜਿੱਥੇ ਇਸ ਸੰਘਰਸ਼ ਦੇ ਵਿੱਚ ਜਿਹੜਾ ਅੰਤ ਦਰਬਾਰ ਸਾਹਿਬ ਆ ਕੇ ਹੋਇਆ, ਜਾਂ ਜਦੋਂ ਇਸ ਸੰਘਰਸ਼ ਦੇ ਵਿੱਚ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਦਿਹਾੜਾ ਸੀ, ਪ੍ਰਕਾਸ਼ ਪੁਰਬ ਸੀ ਜਦੋਂ ਮੋਦੀ ਨੇ ਅਨਾਊਂਸ ਕੀਤਾ, ਜਾਂ ਜਦੋਂ ਝੰਡਾ ਝੁਲਾਇਆ 26 ਜਨਵਰੀ ਨੂੰ ਉਦਣ ਖਾਲਸੇ ਦਾ ਝੰਡਾ ਝੁਲਿਆ ਲਾਲ ਕਿਲੇ, ਪੈਰ ਪੈਰ ਦੇ ਉੱਤੇ ਸਿੱਖੀ ਦੀ ਖਾਲਸੇ ਦੀ ਚੜ੍ਹਦੀ ਕਲਾ ਹੋਈ ਤੇ ਸਾਰੇ ਸੰਘਰਸ਼ ਦੌਰਾਨ ਇਹ ਨਾਅਰੇ ਗੂੰਜਦੇ ਰਹੇ ਕਿ ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਜਿੱਥੇ ਸਿੱਖੀ ਦੀ ਸ਼ਾਨ, ਸਿੱਖੀ ਦੀ ਚੜ੍ਹਤ ਸਾਰੇ ਭਾਰਤ ਵਿੱਚ ਵਧੀ ਆ, ਜਿਹੜੀ ਪ੍ਰਵਾਨਗੀ ਆ ਨਾ ਇਸ ਸੰਘਰਸ਼ ਦੌਰਾਨ ਸਿੱਖਾਂ ਦੀ ਜਿਹੜੀ ਵਧੀ ਆ ਉਹ ਬੜੀ ਬੇਮਿਸਾਲ ਗੱਲ ਹੋਈ। ਇਹ ਵਾਕਿਆ ਗੱਲ ਹੈ ਕਿ ਇਸ ਸੰਘਰਸ਼ ਦੇ ਵਿੱਚ ਜਦੋਂ ਕਾਮਰੇਡ ਲਾਣੇ ਨੇ ਸ਼ੁਰੂਆਤ ਕੀਤੀ, ਰਾਜੇਵਾਲ ਹੋਣਾ ਨੇ, ਹੋਰ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ ਨੂੰ, ਉਦੋਂ ਚਿੱਤ ਚੇਤਾ ਹੀ ਨਹੀਂ ਸੀਗਾ ਕਿ ਹਰਿਆਣੇ ਨਾਲ, ਹਰਿਆਣੇ ਦੇ ਲੋਕ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ, ਸਿੱਖਾਂ ਬਾਰੇ ਜਿਸ ਤਰੀਕੇ ਨਾਲ ਹਾਂ ਪੱਖੀ ਜਿਵੇਂ ਅੰਮ੍ਰਿਤ ਛੱਕ ਰਹੇ ਨੇ, ਸਿੰਘ ਸਜ ਰਹੇ ਨੇ,
ਤੇ ਜਿਸ ਤਰੀਕੇ ਨਾਲ ਦਿੱਲੀ ਦੇ ਯੂਪੀ ਦੇ ਰਾਜਸਥਾਨ ਦੇ ਤੇ ਹੋਰਨਾਂ ਸੂਬਿਆਂ ਦੇ ਲੋਕ ਸੰਤ ਭਿੰਡਰਾਂ ਵਾਲਿਆਂ ਬਾਰੇ ਤੇ ਸਿੱਖੀ ਬਾਰੇ ਤੇ ਸਿੱਖਾਂ ਬਾਰੇ ਹੁਣ ਸੋਚਦੇ ਨੇ, ਇਹ ਪਹਿਲਾਂ ਆਪਾਂ ਕਦੇ ਵਿਚਾਰਿਆ ਨਹੀਂ ਸੀਗਾ ਵੀ ਇਸ ਸੰਘਰਸ਼ ਦਾ ਸਾਨੂੰ ਇਹ ਲਾਹਾ ਹੋ। ਇਹ ਸਾਡੀ ਕਮਾਈ ਆ, ਇਹ ਸਾਡੀ ਖੱਟੀ ਆ ਕਿ ਇਸ ਸਾਰੇ ਸੰਘਰਸ਼ ਦੌਰਾਨ ਜਦੋਂ ਅਸੀਂ ਆਪਦੇ ਹੱਕਾਂ ਲਈ ਲੜ ਰਹੇ ਸੀ, ਕਾਲੇ ਕਾਨੂੰਨਾਂ ਦੇ ਖਿਲਾਫ਼ ਲੜ ਰਹੇ ਸੀ, ਜੋ ਇਖਲਾਕ ਜੋ ਕਿਰਦਾਰ ਇੱਥੇ ਪੇਸ਼ ਕੀਤਾ ਗਿਆ ਉਹਦੇ ਕਰਕੇ ਜਿਹੜੇ ਮੀਡੀਆ ਦੀਆਂ ਵੱਡੀਆਂ ਤੋਪਾਂ ਸੀ ਉਹਨਾਂ ਨੂੰ ਵੀ ਮੰਨਣਾ ਪਿਆ ਕਿ ਹੈ ਕੋਈ ਗੱਲ ਇਹਨਾਂ ਲੋਕਾਂ ਦੇ। ਔਰ ਇਸ ਗੱਲ ਦਾ ਆਪਾਂ ਇਹ ਮੰਨੀਏ ਕਿ ਇਹ ਜਿਹਨੂੰ ਕਹਿੰਦੇ ਨਾ ਕਲਾ ਵਰਤ ਗਈ। ਹੁਣ ਜਦੋਂ ਅਸੀਂ ਇਹ ਸ਼ਬਦ ਵਰਤੇ ਹਾਂ ਕਿ ਸੱਚੇ ਪਾਤਸ਼ਾਹ ਨੇ ਸਾਡੀ ਪੈਜ ਰੱਖੀ, ਤਾਂ ਕਾਮਰੇਡ ਲੋਂਗਲਾਣੇ ਨੂੰ ਬੜੀ ਤਕਲੀਫ਼ ਹੁੰਦੀ ਆ। ਐਂਟੀ ਪੰਥਕ ਬੰਦੇ ਮਜ਼ਾਕ ਉਡਾਉਂਦੇ ਆ ਜੀ ਕਿਹੜੀ ਕਲਾ ਵਰਤ ਗਈ। ਤੇ ਅੱਜ ਜਦੋਂ ਇਸ ਸੰਘਰਸ਼ ਦੇ ਅੰਤ ਵਿੱਚ ਅਸੀਂ ਬਲਵੀਰ ਸਿੰਘ ਰਾਜੇਵਾਲ ਦੇ ਮੂੰਹੋਂ ਵਾਰ ਵਾਰ ਸੁਣਿਆ, ਚਾਹੇ ਉਹ ਗੁਰਦੁਆਰਾ ਬੰਗਲਾ ਸਾਹਿਬ ਆ, ਚਾਹੇ ਉਹ ਜਦੋਂ ਇਹਨਾਂ ਨੇ ਅਨਾਊਂਸ ਕੀਤਾ ਕਿ ਅਸੀਂ ਹੁਣ 11 ਤਰੀਕ ਨੂੰ ਚਾਲੇ ਪਾਵਾਂਗੇ ਪੰਜਾਬ ਨੂੰ, ਜਾਂ ਜਦੋਂ ਅੱਜ ਅੰਮ੍ਰਿਤਸਰ ਪਹੁੰਚੇ ਆ, ਤਾਂ ਹਰ ਥਾਂ ਦੇ ਉੱਤੇ ਰਾਜੇਵਾਲ ਨੇ ਇਹ ਗੱਲ ਆਖੀ ਆ ਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਇਹ ਜਿਹੜਾ ਮੋਰਚਾ ਫਤਿਹ ਹੋਇਆ। ਸੋ ਅਸੀਂ ਇਹ ਗੱਲ ਦੀ ਸਾਨੂੰ ਤਸੱਲੀ ਆ, ਖੁਸ਼ੀ ਆ, ਮਨ ਨੂੰ ਬੜੀ ਭਾਰੀ ਇਸ ਗੱਲ ਦੇ ਉੱਤੇ ਸਕੂਨ ਹੈ ਕਿ ਇਸ ਲਹਿਰ ਦੀ, ਇਸ ਸੰਘਰਸ਼ ਦੀ ਜਿਹੜੀ ਕਮਾਈ ਆ ਉਹ ਸਾਡੇ ਝੋਲੀ 'ਚ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਪਾਈ ਆ। ਜਿਨ੍ਹਾਂ ਲੋਕਾਂ ਨੇ ਸਾਰੇ ਸੰਘਰਸ਼ ਦੌਰਾਨ ਵਾਰ ਵਾਰ ਦੁਖੀ ਕਰਨ ਵਾਲੀਆਂ ਗੱਲਾਂ ਕੀਤੀਆਂ, ਮਾੜੀਆਂ ਗੱਲਾਂ ਕੀਤੀਆਂ, ਉਹਨਾਂ ਨੂੰ ਅੰਤ ਜਿਵੇਂ ਕਹਿੰਦੇ ਹਾਂ ਅਸੀਂ ਵੀ ਜਿਹੜਾ ਹੈਗਾ ਖੁਆਰ ਹੋਏ ਸਭ ਮਿਲੇ ਗਏ, ਬੱਚੇ ਸ਼ਰਨ ਜੋ ਹੋਏ। ਸੋ ਜਿਹੜਾ ਦੂਰ ਪਰਾਂ ਬੈਠਾ ਜਿਹਨੂੰ ਸਾਡੇ ਅੰਦਰੂਨੀ ਮਸਲਿਆਂ ਦੀ ਸਮਝ ਨਹੀਂ ਹੈਗੀ, ਉਹਨਾਂ ਸਾਰਿਆਂ ਨੂੰ ਤਾਂ ਹੁਣ ਇਸ ਵੇਲੇ ਸਾਰੇ ਭਾਰਤ ਨੂੰ ਇਹ ਗੱਲ, ਇਹ ਲੈਸਨ ਮਿਲ ਗਿਆ ਨਾ ਕਿ ਜਿਹੜਾ ਮੋਦੀ ਜਿਹਦੇ ਕਹਿੰਦੇ ਸੀ ਵੀ ਧੌਣ ਚ ਲੋਹੇ ਦਾ ਕੀਲਾ ਵਾ, ਜਿਹੜਾ ਝੁਕਾਇਆ ਨਹੀਂ ਜਾ ਸਕਦਾ। ਔਰ ਸੱਚੀ ਗੱਲ ਆ ਕਿ ਕਿਸੇ ਨੂੰ ਵੀ ਚਿੱਤ ਚੇਤਾ ਹੀ ਨਹੀਂ ਸੀ, ਜਿੱਦਣ ਅਨਾਊਂਸ ਹੋਇਆ ਚਮਤਕਾਰ ਵਾਲੀ ਗੱਲ ਹੀ ਹੋਈ ਵੀ ਸਾਰੇ ਇੱਕ ਦੂਜੇ ਨੂੰ ਕਹਿੰਦੇ ਵੀ ਸੱਚੀ ਗੱਲ ਆ, ਕਮਾਲ ਹੀ ਹੋ ਗਈ। ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ, ਕਿਸੇ ਨੂੰ ਚਿੱਤ ਚੇਤਾ ਹੀ ਨਹੀਂ। ਤੇ ਆਹ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਆ, ਇਹਦੀ ਇੱਕ ਚਿੱਠੀ ਦੀ ਵੀ ਚਰਚਾ ਹੋ ਰਹੀ ਆ ਕਿ ਇਹਨਾਂ ਨੇ ਵਿਚਾਲੜਾ ਰਾਹ ਲੱਭਣ ਦੇ ਲਈ ਚਿੱਠੀ ਵੀ ਲਿਖਤੀ ਸੀ, ਔਰ ਉਹ ਵੀ ਮੋਦੀ ਕਰ ਸਕਦਾ ਸੀ, ਸਰਕਾਰ ਇਹ ਕਰ ਸਕਦੀ ਸੀ ਜਿਹੜਾ ਵਿਚਾਲੜਾ ਰਾਹ। ਪਰ ਜਿਸ ਤਰੀਕੇ ਨਾਲ ਤਿੰਨੇ ਕਾਨੂੰਨ ਵਾਪਸ ਲੈਣ ਦਾ, ਰਿਪੀਲ ਕਰਨ ਦਾ ਐਲਾਨ ਹੋਇਆ, ਫਿਰ ਪਾਰਲੀਮੈਂਟ 'ਚ ਰੱਦ ਵੀ ਹੋਏ, ਉਹ ਕਮਾਲ ਦੀ ਗੱਲ। ਉਸ ਗੱਲ ਦੇ ਵਿੱਚ ਸਾਨੂੰ ਇਹ ਗੱਲ ਫਖਰ ਨਾਲ ਕਹਿਣ ਜੋਗੇ ਕੀਤਾ ਸੱਚੇ ਪਾਤਸ਼ਾਹ ਨੇ ਕਿ ਚਾਹੇ ਸ਼ਾਹੀਨ ਬਾਗ ਵਿੱਚ ਧਰਨਾ ਲੱਗਿਆ ਸੀ, GST ਦੇ ਖਿਲਾਫ ਇੱਕ ਮੋਰਚਾ, ਇੱਕ ਲੜਾਈ ਇੱਥੇ ਲੜੀ ਗਈ ਹੈ, ਇੱਥੇ 370 ਦੇ ਧਾਰਾ ਜਿਹੜੀ ਕਸ਼ਮੀਰ 'ਚ ਭੰਗ ਕੀਤੀ, ਹੋਰ ਬਹੁਤ ਸਾਰੇ ਮੁੱਦਿਆਂ 'ਤੇ ਐਜੀਟੇਸ਼ਨਾਂ ਮੋਦੀ ਦੇ ਖਿਲਾਫ਼ ਹੋਈਆਂ, ਮੋਦੀ ਹਕੂਮਤ ਦੇ ਖਿਲਾਫ਼ ਹੋਈਆਂ, ਸਰਕਾਰ ਦੇ ਖਿਲਾਫ਼ ਹੋਈਆਂ। ਪਹਿਲੀ ਵਾਰ ਹੋਇਆ ਕਿ ਉਹ ਮੋਦੀ ਜਿਹਦੇ ਬਾਰੇ ਬਾਕੀਆਂ ਨੂੰ ਵੀ ਇਹੀ ਲੱਗਦਾ ਸੀ ਵੀ ਇਹ ਅਜੇਤੂ ਆ, ਅਡੋਲ ਆ, ਇਹ ਤਾਂ ਹਿਮਾਲਿਆ ਪਹਾੜ, ਪਰ ਉਹ ਮੋਦੀ ਜਿਹੜਾ ਹੈਗਾ ਉਹ ਸਾਰੇ ਦੁਨੀਆਂ ਨੇ ਦੇਖਿਆ ਕਿ ਸਿੱਖਾਂ ਨੂੰ, ਸਿੱਖੀ ਨੂੰ ਸਲਾਮ ਕਰਨੀ ਪੈ ਗਈ, ਝੁਕਣਾ ਪੈ ਗਿਆ, ਗੋਡਿਆਂ ਪਰਨੇ ਕੀਤਾ। ਤੇ ਸਾਡੇ ਇਸ ਸੰਘਰਸ਼ ਦੌਰਾਨ ਜਿਹੜਾ ਸਾਡਾ ਸਿਦਕ ਕੰਮ ਆਇਆ, ਅੱਖਾਂ ਚੋਂ ਨੀਰ ਭਰ ਆਉਂਦਾ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਦਿੱਲੀ ਤੋਂ ਤੁਰਨ ਵੇਲੇ ਕਿਵੇਂ ਲੋਕ ਚੇਤੇ ਕਰ ਕਰਕੇ ਭਾਵਨਾਤਮਕ ਜਜ਼ਬਾਤੀ ਹੋ ਕੇ ਰੋਣ ਲੱਗ ਪੈਂਦੇ ਆ ਕਿ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ। ਜਿੰਨਾ ਟਾਈਮ ਇੱਥੇ ਇਹ ਰਹੇ ਨੇ, ਕੋਈ ਮਾੜੀ ਗੱਲ, ਕੋਈ ਨਿਕੰਮੀ ਗੱਲ ਇਹਨਾਂ ਨੇ ਇੱਥੇ ਨਹੀਂ ਕੀਤੀ। ਸਾਡੇ ਬੱਚੇ ਇਹਨਾਂ ਦੇ ਸਿਰ ਤੇ ਪਲਦੇ ਸੀ, ਸਾਡੇ ਨਿਆਣੇ ਇਹਨਾਂ ਕੋਲੇ ਸੇਫ ਸੀ, ਧੀਆਂ ਭੈਣਾਂ ਸੇਫ ਸੀ। ਤੇ ਇਹੋ ਜਿਹੀਆਂ ਗੱਲਾਂ ਵੀ ਚੱਲੀਆਂ ਵੀ ਦਿੱਲੀ ਦੇ ਵਿੱਚ ਜਿਹੜਾ ਕੋਈ ਮਾੜਾ ਅਨਸਰ ਆ, ਗਲਤ ਅਨਸਰ ਆ, ਉਹਦੇ ਸਤਾਈਆਂ ਹੋਈਆਂ ਧੀਆਂ ਭੈਣਾਂ ਉਸ 'ਚ ਗੱਲਾਂ ਕਰਦੀਆਂ ਸੀਗੀਆਂ ਵੀ ਕਿਸਾਨ ਸੰਘਰਸ਼ ਵਾਲੇ ਪਾਸੇ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਇੰਨੇ ਇਖਲਾਕ ਵਾਲੇ ਉੱਚੇ ਕਿਰਦਾਰ ਵਾਲੇ ਜਿਹੜੇ ਹੈਗੇ ਆ ਪੰਜਾਬੀ ਭਾਈਚਾਰੇ ਚੋਂ ਸਿੱਖ ਸਰਦਾਰ ਉੱਤੇ ਪਹੁੰਚੇ ਹੋਏ, ਇਹ ਸਾਡੀ ਕਮਾਈ ਸੀ। ਦੂਸਰਾ ਜਿਹੜਾ
ਬਈ ਜਦੋਂ ਕਿਹਾ ਜਾਂਦਾ ਸੀ ਕਿ ਮੋਦੀ ਕਿਸੇ ਤੋਂ ਝੁਕਦਾ ਨਹੀਂ ਤੇ ਉਸ ਮੌਕੇ ਇਹ ਲੋਕ ਸੋਚਦੇ ਹੋਣਗੇ ਕਿ ਇਹਨਾਂ ਨੇ ਕਿੱਥੇ ਪੰਗਾ ਲੈ ਲਿਆ, ਇੰਨੇ ਚੰਗੇ ਬੰਦੇ ਆ ਤੇ ਉਧਰੋਂ ਮੋਦੀ ਆ ਜਿਹੜਾ ਅੜੀਅਲ ਆ ਜਿਹੜਾ ਕਿਸੇ ਸਾਹਮਣੇ ਝੁਕਦਾ ਨਹੀਂ। ਪਰ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਕਿ ਉਹ ਝੁਕਿਆ, ਉਹਨੂੰ ਝੁਕਣ ਲਈ ਮਜਬੂਰ ਕੀਤਾ ਅਕਾਲ ਪੁਰਖ ਬਹਿਗੁਰੂ ਨੇ। ਤੇ ਜਦੋਂ ਇਸ ਗੱਲ ਦੇ ਵਿੱਚ ਆਪਾਂ ਮਾਣ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਾਡੇ ਉਹਨਾਂ ਬਜ਼ੁਰਗਾਂ ਦੀਆਂ ਵੀਡੀਓਜ਼ ਦੇਖ ਕੇ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਤਾਂ ਆਪਦੀ ਘਰਵਾਲੀ ਨੂੰ ਹਾਰ ਲੈ ਕੇ ਦੇ ਆਇਆ ਸੀ ਇੱਕ, ਤੇ ਮੈਂ ਸਿੱਧਾ ਕਹਿਤਾ ਸੀਗਾ ਕਿ ਜੇ ਤਾਂ ਮੈਂ ਮੁੜਿਆ ਆ ਮੇਰੇ ਗਲ ਚ ਪਾ ਦੀ, ਤੇ ਜੇ ਮੈਂ ਉੱਥੋਂ ਨਾ ਆ ਸਕਿਆ ਉਹ ਜਿਹੜੀ ਮੇਰੀ ਫੋਟੋ ਆ ਨਾ ਉਹਦੇ ਉੱਤੇ ਹਾਰ ਪਾ ਦੇ। ਔਰ ਜਿੱਥੇ ਇੰਨੀ ਸਿੜਕ ਵਾਲੀ ਇੰਨੀ ਪ੍ਰਤੀਬੱਧ ਜਿਹੜੀ ਸੋਚ ਹੋਵੇ ਕਿ ਅਸੀਂ ਡੂ ਔਰ ਡਾਈ ਵਾਲੀ ਗੱਲ ਜਾਂ ਮੌਤ ਜਾਂ ਨਿਸ਼ਾਨਾ ਸਰ ਕਰ ਫਤਿਹ ਹਾਸਲ ਕਰਨੀ, ਉਸ ਤਰੀਕੇ ਦੇ ਜਜ਼ਬੇ ਵਾਲੇ ਬਜ਼ੁਰਗ ਬਾਬੇ ਜਿਨ੍ਹਾਂ ਦੀਆਂ ਉਮਰਾਂ ਖੇਤਾਂ ਦੇ ਵਿੱਚ ਲੰਘ ਗਈਆਂ, ਉਹਨਾਂ ਖੇਤਾਂ 'ਚ ਲੱਗੇ ਹੋਏ ਇਕੱਲੇ ਇਕੱਲੇ ਦਰਖਤ ਨੂੰ, ਇਕੱਲੇ ਇਕੱਲੇ ਮੋਰ ਘੋੜ ਨੂੰ ਉਹ ਆਪਦੇ ਪੁੱਤਾਂ ਵਾਂਗੂ ਪਿਆਰ ਕਰਦੇ ਆ, ਉਹਨਾਂ ਨੇ ਬਾਬਿਆਂ ਨੇ ਜਿਵੇਂ ਇਸ ਜੰਗ ਦੇ ਵਿੱਚ ਆਪਦਾ ਯੋਗਦਾਨ ਪਾਇਆ, ਜਿਵੇਂ ਸਾਡੀਆਂ ਮਾਵਾਂ ਨੇ ਉੱਥੇ ਸਿਆਲਾਂ ਦੇ ਵਿੱਚ ਠੁਰ ਠੁਰ ਕਰਦੀਆਂ ਰਾਤਾਂ ਦੇ ਵਿੱਚ ਟਾਈਮ ਕੱਢਿਆ, ਉਹ ਸਾਰਾ ਸਿੜਕ ਜਿੱਤਿਆ, ਉਹ ਆਮ ਕਿਰਤੀ ਲੋਕਾਂ ਦਾ ਉਹ ਜਜ਼ਬਾ ਜਿੱਤਿਆ ਜਿਹੜੇ ਰੋਟੀ ਰੋਜੀ ਲਈ ਲੜੇ, ਜਿਹੜੇ ਆਪਦੇ ਹੱਕ ਲਈ ਲੜੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਦੇ ਪਰਿਵਾਰਾਂ ਵੱਲੋਂ, ਉਹਨਾਂ ਲੋਕਾਂ ਵੱਲੋਂ ਜੋ ਉਹਨਾਂ ਨੂੰ ਸਾਥ ਸਹਿਯੋਗ ਦੇਣ ਵਾਲੇ ਆ, ਉਹਨਾਂ ਵੱਲੋਂ ਜੋ ਉਹਨਾਂ ਨੂੰ ਮਾਣ ਸਤਿਕਾਰ ਮਿਲਿਆ, ਉਹ ਸਾਡੀ ਸਾਰੀ ਕੌਮ ਦੀ ਸਾਂਝੀ ਕਮਾਈ ਹੈ। ਜਦੋਂ ਕੌਮ ਬਾਰੇ ਪੜ੍ਹਦੇ ਹਾਂ ਵੀ ਕੌਮ ਕੀ ਹੁੰਦੀ ਆ, ਉਹਦੇ 'ਚ ਇੱਕ ਅੱਖਰ ਇਹ ਵੀ ਆਉਂਦਾ ਹੁੰਦਾ ਵੀ ਕੌਮ ਦੇ ਸਾਂਝੇ ਦੁੱਖ ਤੇ ਸੁੱਖ ਹੁੰਦੇ। ਸੋ ਇਸ ਸਾਰੇ ਸੰਘਰਸ਼ ਦੌਰਾਨ ਜਿਹੜੇ ਅਸੀਂ ਦੁੱਖ ਝੱਲੇ, ਸੰਤਾਪ ਝੱਲੇ, ਉਹ ਸਾਡੇ ਸਾਰਿਆਂ ਦੇ ਸਾਂਝੇ ਆ, ਤੇ ਜਿਹੜੇ ਅਸੀਂ ਸੁੱਖ ਸਾਡੀਆਂ ਸਾਂਝੀਆਂ ਜਿੱਤਾਂ ਨੇ, ਸਾਡੀ ਜਿੱਤ ਸਾਰਿਆਂ ਦੀ ਸਾਂਝੀ ਜਿੱਤ ਆ। ਸੋ ਇਸ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਮਾਣਦੇ ਮਨਾਉਂਦੇ ਹੋਏ ਦੀਵਾਲੀ ਵਰਗਾ ਮਾਹੌਲ, ਜਿਵੇਂ ਰਾਮ ਚੰਦਰ ਦੇ ਆਉਣ ਤੇ ਕਹਿੰਦੇ ਆ ਗਵਾਲੀਅਰ ਤੋਂ ਅਯੋਧਿਆ ਤੋਂ ਦੀਵਾਲੀ ਮਨਾਈ ਗਈ, ਤੇ ਉਵੇਂ ਦੀਵਾਲੀ ਵਾਲਾ ਮਾਹੌਲ, ਫੁੱਲਾਂ ਦੀ ਵਰਖਾ ਹੋ ਰਹੀ। ਜਿੱਦਣ ਗਏ ਸੀ ਇੱਥੋਂ ਪੰਜਾਬ ਤੋਂ, ਥਾਂ ਥਾਂ ਦੇ ਉੱਤੇ ਬੈਰੀਕੇਡ ਲੱਗੇ ਹੋਏ ਸੀ, ਜਦੋਂ ਆ ਰਹੇ ਸੀ ਦਿੱਲੀ ਤੋਂ ਥਾਂ ਥਾਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ, ਤੇ ਜਦੋਂ ਥਾਂ ਥਾਂ ਦੇ ਉੱਤੇ ਨਫ਼ਰਤ ਵਾਲੇ ਬੰਦਿਆਂ ਨੂੰ, ਮਾੜੇ ਬੰਦਿਆਂ ਨੂੰ ਅਸੀਂ ਫੁੱਲਾਂ ਦੇ ਹਾਰ ਲੈ ਕੇ ਖੜੇ ਦੇਖ ਰਹੇ ਹਾਂ, ਇਹ ਕਲਾ ਨਹੀਂ ਵਰਤੀ ਤਾਂ ਹੋਰ ਕੀ ਹੈ। ਹਰਿਆਣੇ ਦੇ ਵਿੱਚ ਦੀ 1982 'ਚ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਓਲੰਪਿਕ ਖੇਡਾਂ ਵਾਲੀ ਕਹਾਣੀ ਸਾਰੀ ਆਈ ਆ, ਤੇ ਕਿੰਨਾ ਆਪਾਂ ਨੂੰ ਪਤਾ ਕਿ ਉਸ ਮੌਕੇ ਗਲਤ ਜਿਹੜਾ ਸੀਗਾ ਮਾਹੌਲ ਬਣਿਆ ਹਰਿਆਣੇ ਦੇ ਵਿੱਚ ਦੀ ਭਜਨ ਲਾਲ ਨੇ ਕੀ ਕੁਛ ਸਿੱਖਾਂ ਨਾਲ ਕੀਤਾ। ਫਿਰ ਆ ਪਿੱਛੇ ਜੇ ਜਾਟ ਅੰਦੋਲਨ ਹੋ ਕੇ ਹਟਿਆ, ਉਦੋਂ ਵੀ ਬਹੁਤ ਮਾੜਾ ਹੋਇਆ, ਪਰ ਆ ਸਾਰੇ ਸੰਘਰਸ਼ ਦੌਰਾਨ ਕੋਈ ਇਹੋ ਜਿਹੀ ਗੱਲ ਜਿਹੜੀ ਸਾਨੂੰ ਨੀਵਾਂ ਕਰੇ, ਸਿੱਖਾਂ ਦੇ ਕਿਰਦਾਰ ਬਾਰੇ ਕੋਈ ਗਲਤ ਗੱਲ ਕਰੇ, ਇਹੋ ਜਿਹੀ ਕੋਈ ਨਹੀਂ ਵਾਪਰੀ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਦਾ, ਜਿਹਨੇ ਸਾਨੂੰ ਇਹ ਫਤਿਹ ਬਖਸ਼ਣ ਦੇ ਨਾਲ ਨਾਲ ਬੇਦਾਗ ਰੱਖਿਆ, ਤੇ ਨਾਲ ਦੀ ਨਾਲ ਉਹਨਾਂ ਸਾਰੀਆਂ ਤਾਕਤਾਂ ਨੂੰ, ਉਹਨਾਂ ਸਾਰੇ ਲੋਕਾਂ ਨੂੰ ਬੜੀ ਗਹਿ ਗੱਡਮੀ ਹਾਰ ਜਿਹੜੀ ਆ ਉਹ ਨਸੀਬ ਹੋਈ ਆ, ਜਿਹੜੀਆਂ ਇਹ ਸਾਰੇ ਸੰਘਰਸ਼ ਦੇ ਵਿੱਚੋਂ ਸਿੱਖਾਂ ਨੂੰ ਤੇ ਸਿੱਖੀ ਨੂੰ ਮਨਫੀ ਕਰਨਾ ਚਾਹੁੰਦੀਆਂ ਸੀ, ਜਿਨ੍ਹਾਂ ਦਾ ਇੱਕੋ ਹੀ ਡੰਡੀ ਰੋਣਾ ਰਿਹਾ ਕਿ ਹਾਏ ਧਾਰਮਿਕ ਰੰਗਤ ਨਾ ਦਿਓ, ਆਖਰ ਸੱਚੇ ਪਾਤਸ਼ਾਹ ਨੇ ਸਾਨੂੰ ਫਤਿਹ ਬਖਸ਼ੀ ਆ। ਤੇ ਇਸ ਸਾਰੇ ਹਿਸਾਬ ਕਿਤਾਬ ਦੇ ਵਿੱਚ ਜਦੋਂ ਆ ਕੇ ਇਸ ਸੰਘਰਸ਼ ਨੇ ਦਰਬਾਰ ਸਾਹਿਬ ਦੇ ਵਿੱਚ ਸਮਾਪਤੀ ਕੀਤੀ ਆ, ਤਾਂ ਇੱਕ ਗੱਲ ਪੱਕੀ ਆ ਕਿ ਜਿਵੇਂ ਮੋਦੀ ਨੇ ਮੰਨਿਆ ਸੀ ਉਵੇਂ ਇਸ ਸੰਘਰਸ਼ ਵਿੱਚ ਸ਼ਾਮਿਲ ਹਰੇਕ ਬੰਦੇ ਨੇ ਮੰਨਿਆ, ਤੇ ਹੁਣ ਜੇਕਰ ਮੋਦੀ ਦੇ ਕਾਲੇ ਕਾਨੂੰਨ ਜਿਹੜੇ ਆ ਉਹਦਾ ਰੱਦ ਹੋ ਗਏ, ਬਾਕੀ ਮਸਲਿਆਂ ਦੇ ਉੱਤੇ ਕੋਈ ਗੱਲ ਵਿਗੜਦੀ ਆ, MSP ਦਾ ਮਸਲਾ ਜਾਂ ਹੋਰ ਆ, ਤਾਂ ਇਹ ਸੰਘਰਸ਼ ਦਰਬਾਰ ਸਾਹਿਬ ਤੋਂ ਓਟ ਆਸਰਾ ਲੈ ਕੇ ਅੱਗੇ ਵਧੂਗਾ, ਤੇ ਇਹ ਸੰਘਰਸ਼ ਫਿਰ ਆਪਦੀ ਮੰਜ਼ਿਲ ਜਿਹੜੀ ਆ ਉਹ ਪ੍ਰਾਪਤ ਕਰੂਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣ ਯੋਗ ਹੈ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।